ਉਹ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਦਾ ਥਾਪ ਦਿੱਤਾ ਗਿਆ, ਐਲਾਨ ਕਰ ਦਿੱਤਾ ਗਿਆ। ਪਰ ਸਵਾਲ ਵਾਰ ਵਾਰ ਉੱਠ ਰਿਹਾ ਕਿ ਭਗਵੰਤ ਮਾਨ ਨੂੰ ਇਹ ਇਨਾਮ ਮਿਲਿਆ, ਇਨਾਮ ਕਿਸ ਚੀਜ਼ ਦਾ ਮਿਲਿਆ? ਇਹੀ ਸਭ ਤੋਂ ਵੱਡਾ ਸਵਾਲ ਹੈ ਔਰ ਇਸ ਸਵਾਲ ਤੇ ਅੱਜ ਅਸੀਂ ਚਰਚਾ ਕਰਾਂਗੇ। ਪਰ ਅੱਜ ਭਗਵੰਤ ਮਾਨ ਦੇ ਨਾਂ ਦੇ ਐਲਾਨ ਦੇ ਨਾਲ ਨਾਲ ਭਗਵੰਤ ਮਾਨ ਨੇ ਕਿਵੇਂ ਆਪਣੇ ਹੀ ਪੁਰਾਣੇ ਸਾਥੀਆਂ ਤੇ ਜਾਂ ਕਹੀਏ ਕਿ ਵਿਰੋਧੀਆਂ ਤੇ ਨਿਸ਼ਾਨੇ ਸਾਧੇ, ਕਿ ਕੁਛ ਵਿਜ਼ਨ ਦਿੱਤਾ? ਸਿਸੋਦੀਆ ਨੇ ਆਖਿਰਕਾਰ ਕਿਉਂ ਕਿਹਾ ਕਿ ਹੁਣ ਗੱਲਾਂ ਪੁਰਾਣੀਆਂ ਹੋ ਗਈਆਂ ਨੇ, ਇਹ ਵੀ ਉਹਨਾਂ ਨੇ ਕਿਹਾ? ਜਾਂ ਇਸ ਤੋਂ ਇਲਾਵਾ ਆਖਿਰਕਾਰ ਕਿਉਂ ਇਸ ਮਾਨ ਤੇ ਇਨਾਮ ਦੇਣ ਦੀ ਇੱਕ ਸਿਆਸਤ ਸ਼ੁਰੂ ਹੋਈ? ਇਹ ਸਾਰਾ ਕੁਝ ਅੱਜ ਅਸੀਂ ਦੱਸਾਂਗੇ, ਇਹਦੇ ਤੇ ਚਰਚਾ ਵੀ ਕਰਾਂਗੇ। ਪਰ ਉਸ ਤੋਂ ਪਹਿਲਾਂ ਰਿਪੋਰਟ। ਇਹ ਤਸਵੀਰਾਂ ਗਵਾਹ ਨੇ ਉਸ ਲਮਹੇ ਦੀਆਂ, ਜਿਸ ਨੂੰ ਕੁਝ ਲੋਕ ਚੰਗੇ ਸੰਕੇਤ ਮੰਨ ਰਹੇ ਨੇ, ਬਲਕਿ ਕੁਝ ਲੋਕ ਇਸ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਮਜ਼ਾਕ ਦੱਸ ਰਹੇ ਨੇ। ਮੌਕਾ ਸੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਰਸਮੀ ਐਲਾਨ ਦਾ, ਅਤੇ ਰਸਮੀ ਐਲਾਨ ਹੋਇਆ ਭਗਵੰਤ ਮਾਨ ਦੇ ਨਾਮ ਦਾ। ਦਰਅਸਲ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੇ ਘਰੇ ਆਮ ਆਦਮੀ ਪਾਰਟੀ ਵੱਲੋਂ ਇੱਕ ਸਮਾਗਮ ਰੱਖਿਆ ਗਿਆ, ਜਿਸ ਵਿੱਚ ਦਿੱਲੀ ਦੇ ਡਿਪਟੀ ਸੀਐਮ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਸ਼ਾਮਲ ਹੋਏ। ਇਸ ਮੌਕੇ ਪੰਜਾਬ ਆਪ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਦੇ ਨਾਲ ਨਾਲ ਪੀਐਸਸੀ ਦੇ ਫੈਸਲੇ ਨੂੰ ਵੀ ਜ਼ਾਹਰ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਪ੍ਰਧਾਨਗੀ ਮੁੜ ਤੋਂ ਭਗਵੰਤ ਮਾਨ ਨੂੰ ਦੇਣ ਦਾ ਐਲਾਨ ਕੀਤਾ ਗਿਆ। ਅੱਜ ਮੈਂ ਯਹਾਂ ਆਇਆ ਹੂੰ ਵਿਸ਼ੇਸ਼ ਰੂਪ ਸੇ ਯੇ ਮੈਸੇਜ ਲੈ ਕੇ ਔਰ ਸਾਥ ਮੇਂ ਆਜ ਸੇ ਭਗਵੰਤ ਭਾਈ ਪੂਰੀ ਤਰ੍ਹਾਂ ਸੇ ਪੰਜਾਬ ਕੇ ਸੰਗਠਨ ਮੇਂ, ਪੰਜਾਬ ਕੇ ਚੁਣਾਵ ਕੀ ਤਿਆਰੀ ਮੇਂ ਔਰ ਓਵਰਆਲ ਪੰਜਾਬ ਕੇ ਆਮ ਜਨਤਾ ਕੇ ਮੁੱਦੋਂ ਕੋ ਲੈ ਕੇ ਆਮ ਆਦਮੀ ਪਾਰਟੀ ਕੇ ਪੰਜਾਬ ਪ੍ਰਧਾਨ ਕੇ ਰੂਪ ਮੇਂ ਕਾਮ ਕਰਨਾ ਸ਼ੁਰੂ ਕਰੇਂਗੇ। ਜਦੋਂ ਐਲਾਨ ਹੋ ਗਿਆ, ਉਸ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਇੱਕ ਕਰਕੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਜਾਇੰਜ ਕਹੀਏ ਕਿ ਇੱਕ ਇੱਕ ਕਰਕੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ। ਕੈਪਟਨ ਸਾਹਿਬ ਨੇ 2 ਸਾਲ ਦੇ ਵਿੱਚ ਇੱਕ ਸਿੰਗਲ ਵਾਅਦਾ ਵੀ ਪੂਰਾ ਨਹੀਂ ਕੀਤਾ। ਕਰਜ਼ਾ ਮਾਫੀ ਦੇ ਨਾਂ ਤੇ ਜ਼ਖਮਾਂ ਤੇ ਨਮਕ ਛਿੜਕਿਆ ਜਾ ਰਿਹਾ। ਕਿਸੇ ਦੇ 4 ਰੁਪਈਏ, ਕਿਸੇ ਦੇ 154 ਰੁਪਈਏ, ਕਿਸੇ ਦੇ 200 ਰੁਪਈਆ ਕਰਜ਼ਾ ਮਾਫੀ ਕਰਕੇ ਉਹ ਮਜ਼ਾਕ ਕਰ ਰਹੇ ਨੇ। ਜਿਨ੍ਹਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਉਹ ਜਿਹੜੇ ਨੇ ਉਹਨਾਂ ਦਾ ਕਰਜ਼ਾ ਮਾਫ਼ ਨਹੀਂ ਹੋ ਰਿਹਾ। ਜਿਹੜੇ ਇਹਨਾਂ ਦੇ ਚਹੇਤੇ ਨੇ ਉਹਨਾਂ ਦਾ 2-4 ਦਾ ਕਰਜ਼ਾ ਮਾਫ ਹੋ ਕੇ ਉਹਨੂੰ ਕਹਿੰਦੇ ਨੇ ਅਸੀਂ 1,00,000 ਦਾ ਕਰਜ਼ਾ ਮਾਫ ਕਰਤਾ। ਸੋ ਅੱਜ ਹਰ ਵਰਗ ਜਿਹੜਾ ਉਹ ਦੁਖੀ ਹੈ। ਕੈਪਟਨ ਸਾਹਿਬ ਆਪਣੇ ਘਰੋਂ ਨਿਕਲੇ ਨਹੀਂ, ਬਾਕੀ ਸਾਰਾ ਪੰਜਾਬ ਸੜਕਾਂ ਤੇ ਹੈ। ਅੱਜ ਕਿਸਾਨ ਸੜਕਾਂ ਤੇ ਹੈ, ਟੀਚਰ ਸੜਕਾਂ ਤੇ, ਆਂਗਣਵਾੜੀ ਵਾਲੀਆਂ ਕੁੜੀਆਂ ਤੇ ਨੇ, ਬੇਰੁਜ਼ਗਾਰ ਸੜਕਾਂ ਤੇ ਨੇ, ਮਿਡ ਡੇ ਵਾਲੇ ਸੜਕਾਂ ਤੇ ਨੇ, ਸਾਰੀ ਸੜਕਾਂ ਤੇ ਨੇ। ਸਿਰਫ ਘਰੇ ਆ ਤਾਂ ਉਹ ਸਰਕਾਰ ਘਰੇ ਆ ਬਸ। ਆਪਣੇ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਵਿਰੋਧੀ ਧਿਰ ਚ ਬਹਿੰਦੇ ਹਾਂ। ਕੱਲ ਤੋਂ ਪਾਰਲੀਮੈਂਟ ਸ਼ੁਰੂ ਹੈ, ਬਜਟ ਸੈਸ਼ਨ ਹੈ। ਮੈਂ ਉੱਥੇ ਜਾ ਕੇ ਪੰਜਾਬ ਦੇ ਮਸਲੇ ਉਠਾਊਂਗਾ, ਪਹਿਲਾਂ ਵੀ ਉਠਾਉਂਦਾ ਰਿਹਾ, ਭਾਵੇਂ ਉਹ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਦਲਿਤਾਂ ਦੀ ਹੈ, ਜਿਹਦਾ ਕੋਈ ਪੈਸਾ ਨਹੀਂ ਆਇਆ, ਤੇ ਕਾਲਜਾਂ ਤੇ ਸਟੂਡੈਂਟਸ ਦੇ ਸੰਬੰਧ ਆਪਸ ਦੇ ਵਿੱਚ ਵਿਗੜੇ ਹੋਏ ਨੇ, ਉੱਤੋਂ ਪੇਪਰ ਸਿਰ ਤੇ ਨੇ, ਕਿਤੇ ਰੋਲ ਨੰਬਰ ਨਹੀਂ ਮਿਲ ਰਹੇ, ਤੇ ਕਿਤੇ ਜੇ ਜਿਹੜੇ ਪਾਸ ਆਊਟ ਨੇ ਉਹਨਾਂ ਨੂੰ DMC ਨਹੀਂ ਦੇ ਰਹੇ ਕਾਲਜ, ਕਿਉਂਕਿ ਉਹਨਾਂ ਨੂੰ ਪੈਸਾ ਨਹੀਂ ਆਇਆ। ਪੈਸਾ ਸੈਂਟਰ ਵੱਲੋਂ ਆ ਗਿਆ, ਪਰ ਇੱਥੇ ਕਿਤੇ ਖੁਰਦ ਬੁਰਦ ਹੋ ਜਾਂਦਾ। ਅੱਜ ਖਬਰਾਂ ਆਈਆਂ ਨੇ ਕਿ ਜਿਹੜੇ ਵਸੀਅਤ ਕਰਾਉਣੀ ਤੇ ਸੇਲ ਡੀਡ ਜਿਹੜੀ ਹੈ ਉਹ ਤੇ ਵੀ ਡਬਲ ਕਰਤਾ, ਮਤਲਬ ਇੱਕ ਵੀ ਚੀਜ਼ ਨਹੀਂ ਛੱਡੀ ਜਿਹੜੀ ਟੈਕਸ ਵੱਲੋਂ ਬਚੀ ਹੋਵੇ, ਸਿਰਫ ਸਾਹ ਲੈਣਾ ਬਚਿਆ, ਸ਼ਾਇਦ ਉਹ ਤੇ ਵੀ ਟੈਕਸ ਲਾਉਣ ਬਾਰੇ ਸੋਚ ਰਹੇ ਹੋਣ। ਟੀਚਰਾਂ ਦੀ ਤਨਖਾਹ ਪੰਜਾਬ ਦੇ ਵਿੱਚ 45,000 ਤੋਂ 15,000 ਕੀਤੀ ਜਾ ਰਹੀ ਹੈ। ਜਿਸ ਵੇਲੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ 17,000 ਰੁਪਇਆ ਤਨਖਾਹ ਸੀ ਗੈਸ ਟੀਚਰ ਦੀ ਦਿੱਲੀ ਚ, ਅੱਜ 34,000 ਰੁਪਏ। ਜੇ ਟੀਚਰ ਨੂੰ ਇਹ ਸੋਚ ਲੱਗੀ ਰਹੂਗੀ, ਫਿਕਰ ਲੱਗਿਆ ਰਹੂ ਕਿ ਮੇਰਾ ਘਰ ਕਿਵੇਂ ਚੱਲੂਗਾ, ਤਾਂ ਉਹ ਕੰਸੈਂਟਰੇਸ਼ਨ ਨਾਲ ਪੜ੍ਹਾਈ ਕਿਵੇਂ ਕਰਾ ਸਕਦਾ? ਉਹ ਪਾਰਟੀ ਤੇ ਅਰਵਿੰਦ ਕੇਜਰੀਵਾਲ ਡਿਕਟੇਟਰ ਬਣ ਗਏ ਅਚਾਨਕ। ਉਹ ਪਹਿਲਾਂ 22 ਸਾਲ ਉਸ ਪਾਰਟੀ ਚ ਰਹੇ ਨੇ ਜਿਹੜੀ ਦਿੱਲੀ ਤੋਂ ਚੱਲਦੀ ਸੀ। ਸੋ ਉਦੋਂ ਉਹਨਾਂ ਨੂੰ ਸ਼ਾਇਦ ਕੋਈ ਇਸ ਤਰ੍ਹਾਂ ਦਾ ਫਿਕਰ ਨਹੀਂ ਸੀ। ਸੋ ਇੱਥੋਂ ਹੀ ਸਿੱਧ ਹੁੰਦਾ ਕਿ ਉਹ ਸਿਰਫ ਲਾਲਚ ਕੁਰਸੀ ਦੇ ਲਾਲਚ ਚ ਆਏ ਸੀ। ਤੇ ਮੈਂ ਫੇਰ ਇੱਕ ਵਾਰੀ ਕਹੂੰਗਾ ਕਿ ਜਿਹੜੇ ਚਲੇ ਗਏ, ਭਲਾ ਹੋਇਆ ਲੜ ਨੇੜਿਓ ਛੁੱਟਿਆ, ਉਮਰ ਨਾ ਬੀਤੀ ਸਾਰੀ, ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ। ਗੱਲ ਭਗਵੰਤ ਮਾਨ ਦੀ ਹੋਈ ਤਾਂ ਤੁਰਦੀ ਤੁਰਦੀ ਸੁਖਪਾਲ ਖਹਿਰਾ ਤੱਕ ਵੀ ਪਹੁੰਚੀ, ਅਤੇ ਜਦੋਂ ਗੱਲ ਸੁਖਪਾਲ ਖਹਿਰਾ ਦੀ ਹੋਈ ਤਾਂ ਮਨੀਸ਼ ਸਿਸੋਦੀਆ ਨੇ ਇੱਕੋ ਲਾਈਨ ਕਹਿ ਕੇ ਗੱਲ ਸਿਰੇ ਲਾ ਦਿੱਤੀ ਕਿ ਜੋ ਚਲੇ ਗਏ ਚੰਗਾ ਹੋਇਆ। ਜੈਸਾ ਮੁੱਖ ਮੰਤਰੀ ਜੀ ਨੇ ਵੀ ਉਸ ਦਿਨ ਕਿਹਾ ਕਿ ਕੁਛ ਅਵਸਰਵਾਦੀ ਲੋਕ ਆਏ, ਕੁਛ ਐਸੇ ਲੋਕ ਆਏ ਜਿਨਕੋ ਪੰਜਾਬ ਸੇ ਜ਼ਿਆਦਾ, ਪੰਜਾਬ ਕੇ ਮੁੱਦੋਂ ਸੇ ਜ਼ਿਆਦਾ ਆਪਣੀ ਕੁਰਸੀਆਂ ਪਿਆਰੀ ਥੀ।
आम आदमी पार्टी की राजनीति में बहुत स्पष्ट है कि वो चीजें निकल जानी चाहिए। मसला आम आदमी पार्टी का अपना अंदरूनी है, पर जदों इस बारे सियासी विरोधियों तो सवाल पूछे गए ਤਾਂ ਸਾਰਿਆਂ ਨੇ ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਸਵਾਲਾਂ ਵਿੱਚ ਖੜਾ ਕੀਤਾ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਤਾਂ ਇਸ ਨੂੰ ਭਗਵੰਤ ਮਾਨ ਲਈ ਇਨਾਮ ਕਰਾਰ ਦਿੱਤਾ। ਮੈਂ ਕੇਜਰੀਵਾਲ ਸਾਹਿਬ ਨੂੰ ਇਹ ਵੀ ਬੇਨਤੀ ਕਰਨਾ ਕਿ ਇਹਨਾਂ ਦਾ ਨੋਬਲ ਪ੍ਰਾਈਜ਼ ਲਈ ਨਾਮ ਹੀ ਜਿਹੜਾ ਭੇਜਿਆ ਜਾਏ ਕਿ ਸ਼ਰਾਬ ਛੱਡਣੀ ਪੰਜਾਬ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਇਹਨਾਂ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਹੈ। ਇਹ ਕੁਰਬਾਨੀ ਦਾ ਇਹਨਾਂ ਨੇ ਪ੍ਰਧਾਨਗੀ ਦੇ ਕੇ ਜਿਹੜਾ ਮੁੱਲ ਉਤਾਰਿਆ, ਬਾਕੀ ਪੰਜਾਬ ਦੇ ਲੋਕ ਇਹਦੀ ਸ਼ਲਾਘਾ ਕਰਦੇ ਕੇਜਰੀਵਾਲ ਸਾਹਿਬ ਦੀ। ਉੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਆਮ ਆਦਮੀ ਪਾਰਟੀ ਨੂੰ ਖਤਮ ਪਾਰਟੀ ਕਰਾਰ ਦਿੰਦਿਆਂ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ। ਬਹੁਤ ਵਧੀਆ, ਬਹੁਤ ਵਧੀਆ, ਵਧਾਈ ਮੇਰੇ ਤਰਫੋਂ, ਵਧਾਈ ਭੇਜਿਓ। ਅੱਜ ਆਮ ਆਦਮੀ ਪਾਰਟੀ ਦੀ ਰਾਜਾ ਬਣ ਗਿਆ। ਖੈਰ, ਸਵਾਲ ਕਈ ਖੜੇ ਹੋ ਰਹੇ ਨੇ। ਸਵਾਲ ਨੇ ਭਗਵੰਤ ਮਾਨ ਨੂੰ ਮੁੜ ਮਿਲੀ ਪ੍ਰਧਾਨਗੀ ਨੂੰ ਲੈ ਕੇ, ਸਵਾਲ ਖੜੇ ਹੋ ਰਹੇ ਨੇ ਮੁਆਫ਼ੀਨਾਮੇ ਤੋਂ ਬਾਅਦ ਦਿੱਤੇ ਗਏ ਅਸਤੀਫੇ ਨੂੰ ਲੈ ਕੇ, ਅਤੇ ਸਵਾਲ ਖੜੇ ਹੋ ਰਹੇ ਨੇ ਮੁਆਫ਼ੀਨਾਮਾ, ਅਸਤੀਫਾ ਅਤੇ ਮੁੜ ਪ੍ਰਧਾਨਗੀ ਵਜੋਂ ਇਨਾਮ ਨੂੰ ਲੈ ਕੇ। ਹੁਣ ਇਹਨਾਂ ਚੋਂ ਕਿਹੜਾ ਸਵਾਲ ਵੱਡਾ ਹੈ, ਇਹ ਸੋਚਣ ਵਾਲੀ ਗੱਲ ਹੈ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਸੋ ਸਵਾਲ ਕਈ ਖੜੇ ਹੋ ਰਹੇ ਨੇ, ਉਹਨਾਂ ਸਾਰੇ ਸਵਾਲਾਂ ਦੀ ਗੱਲ ਕਰਾਂਗੇ, ਪਰ ਭਗਵੰਤ ਮਾਨ ਨੇ ਅੱਜ ਇਸ ਜ਼ਿੰਮੇਵਾਰੀ ਤੋਂ ਬਾਅਦ ਕੀ ਕੁਝ ਕਿਹਾ, ਉਹਨਾਂ ਨਾਲ ਖਾਸ ਗੱਲਬਾਤ ਕੀਤੀ ਸਾਡੇ ਪੱਤਰਕਾਰ ਵਿਨੀਤ ਕਪੂਰ ਨੇ। ਆਮ ਆਦਮੀ ਪਾਰਟੀ ਨੇ ਮੁੜ ਤੋਂ ਭਗਵੰਤ ਮਾਨ ਨੂੰ ਪੰਜਾਬ ਦਾ ਪ੍ਰਧਾਨ ਬਣਾਤਾ ਹੈ ਤੇ ਭਗਵੰਤ ਮਾਨ ਹੀ ਸਾਡੇ ਨਾਲ ਹੈ। ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਹੋਏ, ਹਾਰ ਮਾਲਾਵਾਂ ਤੇ ਲੱਡੂ ਬਹੁਤ ਸਾਰੇ ਮਿਲ ਰਹੇ ਹਨ। ਧੰਨਵਾਦ ਜੀ, ਮਿਹਰਬਾਨੀ ਮਿਹਰਬਾਨੀ, ਪਿਆਰ ਹੈ ਜੀ। ਕੀ ਕੁਛ ਰਣਨੀਤੀ ਰਹਿਣ ਵਾਲੀ ਹੈ ਔਰ ਕਿੰਨੀ ਕੁ ਵੱਡੀ ਚੁਣੌਤੀ ਮੰਨਦੇ ਹੋ ਹੁਣ ਇਹ ਪੋਸਟ ਤੁਹਾਡੀ? ਕੋਈ ਬਹੁਤ ਵੱਡੀ ਚੁਣੌਤੀ ਹੈ, ਦੋਨੇ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ, ਵਾਰੀ ਵਾਰੀ ਪੰਜ ਪੰਜ ਸਾਲ ਦੀਆਂ ਵਾਰੀਆਂ ਬੰਨ ਕੇ, ਤੇ ਅੱਜ ਪੰਜਾਬ ਉਦਾਸ ਹੈ, ਅੱਜ ਕਿਸਾਨ ਖੁਦਕੁਸ਼ੀ ਕਰ ਰਿਹਾ, ਨੌਜਵਾਨ ਬੇਰੁਜ਼ਗਾਰ ਨੇ ਔਰ ਬਾਹਰਲੇ ਮੁਲਕਾਂ ਵੱਲ ਨੂੰ ਭੱਜ ਰਹੇ ਨੇ, ਔਰ ਇਲਾਜ ਵਾਸਤੇ ਕੋਈ ਹਸਪਤਾਲ ਹੈ ਨਹੀਂ, ਦਵਾਈਆਂ ਹੈ ਨਹੀਂ, ਸਭ ਕੁਝ ਪ੍ਰਾਈਵੇਟ ਕੀਤਾ ਜਾ ਰਿਹਾ, ਸਕੂਲਾਂ ਦੀਆਂ ਫੀਸਾਂ ਵਰਦੀਆਂ ਨਹੀਂ ਲੋਕਾਂ ਤੋਂ ਪੂਰੀਆਂ ਹੋ ਰਹੀਆਂ। ਸੋ ਇਸ ਕਰਕੇ ਪੂਰਾ ਪੰਜਾਬ ਜਿਹੜਾ ਬੇਹਾਲ ਹੈ। ਸੋ ਇਕੱਠੇ ਕਰਕੇ ਸਾਰੇ ਸੰਗਠਨ ਨੂੰ ਅਸੀਂ ਜਾਵਾਂਗੇ, ਔਰ ਲੋਕ ਆਮ ਆਦਮੀ ਪਾਰਟੀ ਵੱਲ ਬੜੀ ਉਮੀਦ ਨਾਲ ਦੇਖ ਰਹੇ ਨੇ, ਔਰ ਸਾਨੂੰ ਉਮੀਦ ਹੈ ਕਿ ਲੋਕ ਸਭਾ ਚੋਣਾਂ ਵੇਲੇ ਲੋਕ ਜਿਹੜੇ ਨੇ ਉਹ ਪਹਿਲਾਂ ਨਾਲੋਂ ਵੀ ਵੱਡਾ ਹੁੰਗਾਰਾ ਦੇਣਗੇ। ਪਹਿਲਾਂ ਤੁਸੀਂ ਜਦੋਂ ਪ੍ਰਧਾਨ ਬਣੇ ਸੀ ਉਸ ਸਮੇਂ ਸਾਰੀ ਪਾਰਟੀ ਇਕੱਠੀ ਹੁੰਦੀ ਸੀ, ਹੁਣ ਕਿਤੇ ਨਾ ਕਿਤੇ ਧੜੇ ਬਣਦੇ ਨਜ਼ਰ ਆ ਰਹੇ ਨੇ। ਕੁਝ ਵਿਧਾਇਕ ਜਿਹੜੇ ਨੇ ਉਹ ਸੁਖਪਾਲ ਸਿੰਘ ਖਹਿਰਾ ਨਾਲ ਖੜੇ ਨਜ਼ਰ ਆ ਰਹੇ ਨੇ, ਕੁਝ ਵਿਧਾਇਕ ਤੁਹਾਡੇ ਨਾਲ ਖੜੇ ਨਜ਼ਰ ਆ ਰਹੇ ਨੇ, ਇਸ ਚੁਣੌਤੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਕੋਈ ਧੜੇ ਨਹੀਂ ਹੈਗੇ ਜੀ, ਅਸਲ 'ਚ ਜਿਨ੍ਹਾਂ ਨੂੰ ਕੋਈ ਲਾਲਚ ਸੀ ਜਾਂ ਛੋਟੀਆਂ ਲਾਈਨਾਂ ਦੇਖ ਕੇ ਆਏ ਸੀ ਜਾਂ ਅਹੁਦੇ ਦਾ ਲਾਲਚ ਸੀ, ਜਿੰਨਾ ਚਿਰ ਤਾਂ ਅਹੁਦਾ ਉਹਨਾਂ ਕੋਲ ਰਿਹਾ ਉਹਨਾਂ ਸਭ ਚਿਰ ਸਭ ਕੁਝ ਠੀਕ ਸੀ। ਜਦੋਂ ਅਹੁਦੇ ਤੋਂ ਥੋੜ੍ਹਾ ਬਹੁਤ ਉਹਨੂੰ ਕਿਹਾ ਜ਼ਿੰਮੇਵਾਰੀ ਬਦਲਾਂਗੇ, ਉਦੋਂ ਅਚਾਨਕ ਉਹਨਾਂ ਦਾ ਜਿਹੜਾ ਗੈਰਤ ਜਿਹੜੀ ਜਾਗ ਪਈ, ਉਹਨਾਂ ਨੇ ਆਪਣੀ ਪਾਰਟੀ ਬਣਾ ਲਈ, ਹੁਣ ਤਾਂ ਚੈਪਟਰ ਕਲੋਜ਼ ਹੈ। ਲੇਕਿਨ ਹੁਣ ਉਹ ਜਿਹੜੇ ਵਿਧਾਇਕ ਨਾਲ ਗਏ ਸੀ ਉਸ ਨੂੰ ਲੈ ਕੇ ਪਾਰਟੀ ਆਲਾ ਕਮਾਨ ਔਰ ਤੁਸੀਂ ਕੀ ਕਦਮ ਚੁੱਕਣ ਵਾਲੇ ਹੋ, ਕੋਰ ਕਮੇਟੀ ਕੀ ਕਦਮ ਚੁੱਕਣ ਵਾਲੀ ਹੈ, ਕਿਉਂਕਿ ਹਜੇ ਵੀ ਉਹ ਵਿਧਾਇਕ ਉਹਨਾਂ ਦੇ ਨਾਲ ਖੜੇ ਹੋ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਤੇ ਅੰਜਾਮ ਦੇ ਰਹੇ ਨੇ? ਕੋਈ ਗੱਲ ਨਹੀਂ, ਹਰ ਗੱਲ ਨੋਟ ਕੀਤੀ ਜਾ ਰਹੀ ਹੈ। ਵੈਸੇ ਜੀ ਆਉਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਬਰਗਲਾ ਲਿਆ ਗਿਆ, ਉਹਨਾਂ ਨੂੰ ਸੁਪਨੇ ਦਿਖਾਏ ਗਏ ਹੋਣੇ, ਕੋਈ ਉਹ ਫਸਟ ਟਾਈਮਰ ਨੇ, ਜੇ ਉਹ ਆਉਣਾ ਚਾਹੁੰਦੇ ਨੇ ਤਾਂ ਸਾਡੇ ਦਰਵਾਜ਼ੇ ਹਮੇਸ਼ਾ ਲਈ ਖੁੱਲ੍ਹੇ ਉਹਨਾਂ। ਸੁਖਜਿੰਦਰ ਰੰਧਾਵਾ ਹੁਣ ਤੋਂ ਕੁਛ ਦੇਰ ਪਹਿਲਾਂ ਤੁਹਾਡੀ ਪ੍ਰਧਾਨਗੀ ਨੂੰ ਲੈ ਕੇ ਚੁਟਕੀ ਲੈਂਦੇ ਨਜ਼ਰ ਆਏ ਨੇ, ਉਹਨਾਂ ਨੇ ਕਿਹਾ ਕਿ ਨੋਬਲ ਪ੍ਰਾਈਜ਼ ਤੁਹਾਨੂੰ ਮਿਲਣਾ ਚਾਹੀਦਾ, ਤੁਸੀਂ ਇੰਨੀ ਵੱਡਾ ਸੈਕਰੀਫਾਈਜ਼ ਕੀਤਾ ਸ਼ਰਾਬ ਦੇ ਮੁੱਦੇ ਨੂੰ ਲੈ ਕੇ, ਜਿਹੜਾ ਬਿਆਨ ਤੁਸੀਂ ਦਿੱਤਾ ਸੀ। ਉਹਨਾਂ ਨੂੰ ਕਹੋ ਜੀ ਆਪਣੇ ਕੈਪਟਨ ਸਾਹਿਬ ਦੀਆਂ ਆਦਤਾਂ ਛੁਡਵਾ ਲਓ ਪਹਿਲਾਂ, ਉਹਨਾਂ ਨੂੰ ਕਹੋ ਕਿ ਸਾਨੂੰ ਨੋਬਲ ਪ੍ਰਾਈਜ਼ ਦੀ ਬਜਾਏ ਨਾ ਤੁਸੀਂ ਆਸਕਰ ਲੈ ਲਓ। ਬਿਲਕੁਲ, ਦੇਖੋ ਅਸੀਂ ਭਗਵੰਤ ਮਾਨ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਉਹਨਾਂ ਲਈ ਵੱਡੀ ਚੁਣੌਤੀ ਹੈ ਇਹ ਪ੍ਰਧਾਨਗੀ ਵਾਲੀ ਪੋਸਟ, ਕਿਉਂਕਿ ਸਿੱਧੇ ਤੌਰ ਤੇ ਹੁਣ ਪਾਰਟੀ ਅੱਗੇ ਵੱਡੀਆਂ ਚੁਣੌਤੀਆਂ ਨੇ, ਕਿਉਂਕਿ ਪਾਰਟੀ ਦੇ ਜਿਹੜੇ ਕੁਝ ਵਿਧਾਇਕ ਨੇ ਉਹ ਵੀ ਸੁਖਪਾਲ ਸਿੰਘ ਧੜੇ ਨਾਲ ਖੜੇ ਨਜ਼ਰ ਆਉਂਦੇ ਨੇ। ਹਾਲਾਂਕਿ ਵੇਖਣਾ ਇਹੀ ਹੋਏਗਾ ਕਿ ਗਰਾਊਂਡ ਲੈਵਲ ਤੇ ਜਦੋਂ ਭਗਵੰਤ ਮਾਨ ਪੰਜਾਬ ਦੇ ਗਲੀਆਂ ਦੇ ਵਿੱਚ ਉਤਰਦੇ ਨੇ, ਸ਼ਹਿਰਾਂ ਦੇ ਵਿੱਚ ਜਾਂਦੇ ਨੇ, ਤੇ ਜਨਤਾ ਇਹਨਾਂ ਨੂੰ ਔਰ ਇਹਨਾਂ ਦੇ ਕਾਰਜਕਰਤਾ ਇਹਨਾਂ ਨੂੰ ਕਿੰਨਾ ਕੁ ਸਮਰਥਨ ਦੇ ਪਾਉਂਦੇ ਨੇ। ਕੈਮਰਾਮੈਨ ਮੋਹਨ ਸਿੰਘ ਦੇ ਨਾਲ ਵਿਨੀਤ ਕਪੂਰ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ। ਸੋ ਸਵਾਲ ਜਿਹੜੇ ਨੇ, ਇੱਕ ਵਾਰੀ ਉਹਨਾਂ 'ਤੇ ਵੀ ਨਜ਼ਰ ਪਾ ਕੇ ਸਿੱਧੇ ਚਰਚਾ 'ਤੇ ਚੱਲਾਂਗੇ। ਸਵਾਲ ਨੇ ਕਿ ਮਾਨ ਦੇ ਸਿਰ ਕੰਡਿਆਂ ਦਾ ਤਾਜ ਸਜਿਆ, ਕਿਉਂਕਿ ਕੰਡਿਆਂ ਦਾ ਤਾਜ ਇਸ ਕਰਕੇ ਲੋਕ ਸਭਾ ਚੋਣਾਂ ਨੇੜੇ ਨੇ, ਸੋ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਕੰਮ ਆਏਗੀ ਜਾਂ ਨਹੀਂ? ਕਿ ਮਾਨ ਨੂੰ ਵਫਾਦਾਰੀ ਦਾ ਇਨਾਮ ਮਿਲਿਆ, ਇਨਾਮ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਜੋ ਪਿਛਲੇ ਦਿਨ ਹੋਇਆ ਉਹ ਸਾਰਿਆਂ ਨੂੰ ਪਤਾ ਹੈ। ਸੋ ਇਸੇ ਕਰਕੇ ਇੱਕ ਸਵਾਲ ਹੈਗਾ, ਉਹਦੇ 'ਤੇ ਵੀ ਚਰਚਾ ਕਰਾਂਗੇ ਕਿ ਮਾਨ ਦਾ ਅਸਤੀਫਾ ਮਹਿਜ਼ ਇੱਕ ਡਰਾਮਾ ਸੀ, ਜਿਵੇਂ ਕਿ ਸੁਖਪਾਲ ਖਹਿਰਾ ਨੇ ਵੀ ਕਿਹਾ ਕਿ ਇਹ ਤਾਂ ਸਿਰਫ ਇੱਕ ਡਰਾਮਾ ਸੀ। ਸੋ ਵਾਕਈ ਮੰਨਿਆ ਜਾਏ ਕਿ ਇੱਕ ਵਾਕਈ ਡਰਾਮਾ ਸੀਗਾ ਕਿ 2019 ਵਿੱਚ ਮਾਨ ਦੀ ਸਰਦਾਰੀ ਨਾਲ ਕੋਈ ਕਮਾਲ ਹੋਏਗਾ? ਮਾਨ ਦੇ ਕੋਲ ਸਰਦਾਰੀ ਹੈ ਪੰਜਾਬ ਦੀ, ਆਮ ਆਦਮੀ ਪਾਰਟੀ ਦੀ, ਸੋ ਕੀ ਕੋਈ ਕਮਾਲ 2019 ਚ ਹੁੰਦਾ ਨਜ਼ਰ ਆਏਗਾ? ਇਸ ਤੋਂ ਇਲਾਵਾ ਕਿ ਖਹਿਰਾ ਦੇ ਜਾਣ ਦਾ ਇੰਤਜ਼ਾਰ ਆਮ ਆਦਮੀ ਪਾਰਟੀ ਕਰ ਰਹੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਜਾਵੇ, ਔਰ ਖਹਿਰਾ ਜਦੋਂ ਬਾਹਰ ਗਏ ਨੇ ਤਾਂ ਇਹ ਫੈਸਲਾ ਲੈ ਲਿਆ ਗਿਆ। ਸੋ ਅਖੀਰਲਾ ਸਵਾਲ ਕਿ ਮਾਨ ਦੀ ਸਿਆਸੀ ਸਾਜਿਸ਼ ਦਾ ਸ਼ਿਕਾਰ ਹੋਏ ਨੇ ਖਹਿਰਾ, ਕਿ ਵਾਕਈ ਮੰਨਿਆ ਜਾਏ ਕਿ ਉਹਦੀ ਸਿਆਸੀ ਸਾਜਿਸ਼ ਦਾ ਸ਼ਿਕਾਰ
ਸੁਖਪਾਲ ਖਹਿਰਾ ਹੋਏ ਨੇ। ਖੈਰ ਸਿੱਧੇ ਚਰਚਾ ਤੇ ਚੱਲਦੇ ਹਾਂ, ਜਿਹੜੇ ਖਾਸ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਤਾਰੁਫ ਕਰਵਾ ਦੇਣਾ ਕਿਹੜੇ ਕਿਹੜੇ ਖਾਸ ਮਹਿਮਾਨ ਨੇ। ਮਨਵਿੰਦਰ ਕੰਗ ਸਾਹਿਬ ਭਾਰਤੀ ਜਨਤਾ ਪਾਰਟੀ ਤੋਂ, ਸਵੈਤ ਸਾਹਿਬ ਕਾਂਗਰਸ ਪਾਰਟੀ ਤੋਂ, ਅਮਰਦੀਪ ਸਿੰਘ ਧਾਰਨੀ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਸਤਬੀਰ ਵਾਲੀਆ ਸਾਹਿਬ ਆਮ ਆਦਮੀ ਪਾਰਟੀ ਤੋਂ, ਪ੍ਰੋਫੈਸਰ ਮਨਜੀਤ ਸਿੰਘ ਜੀ ਵੀ ਰਾਜਨੀਤਿਕ ਨਾਲ ਸਾਡੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਮੈਂ ਵਾਲੀਆ ਸਾਹਿਬ, ਕਿਉਂਕਿ ਮਸਲਾ ਤੁਹਾਡੀ ਪਾਰਟੀ ਦਾ, ਇਨਾਮ ਮਿਲਿਆ ਭਗਵੰਤ ਮਾਨ ਹੋਰਾਂ ਨੂੰ ਕਿ ਮੁਆਫ਼ੀਨਾਮੇ ਤੋਂ ਬਾਅਦ ਅਸਤੀਫਾ, ਜਿਵੇਂ ਕਿ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਅਸਤੀਫਾ ਸਿਰਫ ਇੱਕ ਡਰਾਮਾ ਸੀ ਜੋ ਪਤਾ ਸੀ ਵਾਪਸ ਹੋਣਾ ਹੀ ਹੈ, ਲੇਕਿਨ ਉਸ ਵੇਲੇ ਧਿਆਨ ਭਟਕਾਉਣ ਦੀ ਕੋਸ਼ਿਸ਼ ਸੀ, ਜਿਸ ਕਰਕੇ ਹੁਣ ਇੱਕ ਵਾਰ ਫਿਰ ਤੋਂ ਇਨਾਮ ਦੇ ਦਿੱਤਾ ਗਿਆ। ਦੇਖੋ ਨਵਨੀਤ ਜੀ, ਮੇਰੇ ਹਿਸਾਬ ਨਾਲ ਖਹਿਰਾ ਸਾਹਿਬ ਦੀ ਗੱਲ ਜੇ ਤੁਸੀਂ ਨਾ ਹੀ ਕਰੋ ਤਾਂ ਠੀਕ ਹੈ, ਜੇ ਖਹਿਰਾ ਸਾਹਿਬ ਡਰਾਮਾ ਜਿਹਨੂੰ ਕਹਿੰਦੇ ਹੋ, ਸਭ ਤੋਂ ਵੱਡਾ ਡਰਾਮਾ ਤਾਂ ਖਹਿਰਾ ਸਾਹਿਬ ਆਪ ਹੀ ਨੇ। ਵਿਧਾਨ ਸਭਾ ਚੋਂ ਸਪੀਕਰ ਸਾਹਿਬ ਨੇ ਨੋਟਿਸ ਭੇਜ ਦਿੱਤਾ, ਕਹਿੰਦੇ ਮੈਨੂੰ ਮਿਲਿਆ ਨਹੀਂ। ਕੋਰਟ ਤੋਂ ਡਰੱਗ ਵਾਲਾ ਸਮਨ ਆਇਆ, ਕਹਿੰਦੇ ਮੈਨੂੰ ਮਿਲਿਆ ਨਹੀਂ। ਸੋ ਇਸ ਤੋਂ ਵੱਡਾ ਡਰਾਮਾ ਕੀ ਹੋਊਗਾ? ਉਹ ਡਰ ਰਹੇ ਨੇ ਵਿਧਾਇਕੀ ਤੋਂ ਅਸਤੀਫਾ ਦੇਣ ਤੋਂ। ਹੁਣ ਤੁਸੀਂ ਦੂਜੀ ਗੱਲ ਇਨਾਮ ਦੀ ਗੱਲ ਕੀਤੀ, ਤੁਹਾਨੂੰ ਸ਼ਾਇਦ ਯਾਦ ਹੋਏਗਾ, ਮੈਂ ਤੁਹਾਨੂੰ ਯਾਦ ਕਰਾ ਦਾਂ, 4-5 ਮਹੀਨੇ ਪਹਿਲਾਂ ਵੀ ਵਲੰਟੀਅਰਸ ਦੀ ਰਿਕੁਐਸਟ ਤੇ ਕੋਰ ਕਮੇਟੀ 'ਚ ਮੁੱਦਾ ਰੱਖਿਆ ਗਿਆ ਸੀਗਾ ਇਹ ਜ਼ੋਰਾਂ ਸ਼ੋਰਾਂ ਨਾਲ, ਤੇ ਕੁਛ ਮੀਡੀਆ ਸਾਥੀ ਵੀ ਉਸ ਟਾਈਮ ਕੁਦਰਤੀ ਅੰਦਰ ਹੀ ਸੀਗੇ ਕਿ ਮਾਨ ਸਾਹਿਬ ਦੇ ਅਸਤੀਫੇ ਨੂੰ ਰੱਦ ਕਰਵਾ ਕੇ ਦੁਬਾਰਾ ਉਹਨਾਂ ਨੂੰ ਪ੍ਰਧਾਨਗੀ ਦਿੱਤੀ ਜਾਵੇ। ਠੀਕ ਹੈ, ਸੋ ਚਲੋ ਡਿਲੇ ਹੋਇਆ ਉਹ, ਤੇ ਫਿਰ 2 ਦਿਨ ਪਹਿਲਾਂ ਵਲੰਟੀਅਰਸ ਦੀ ਰਿਕੁਐਸਟ ਤੇ ਕੋਰ ਕਮੇਟੀ 'ਚ ਮੁੱਦਾ ਰੱਖਿਆ ਗਿਆ ਤੇ ਕੋਰ ਕਮੇਟੀ ਨੇ ਅਪਰੂਵ ਕਰਕੇ ਫਿਰ ਪੀਐਸਸੀ ਜਿਹੜੀ ਹਰੇਕ ਪਾਰਟੀ ਦੀ ਹੁੰਦੀ ਹੈ, ਕਾਂਗਰਸ ਦੀ ਵੀ ਹੈ, ਬੀਜੇਪੀ ਦੀ ਵੀ ਹੈ, ਅਕਾਲੀ ਦਲ ਦੀ ਵੀ ਹੈ, ਖੈਰ ਅਕਾਲੀ ਦਲ ਦੀ ਤਾਂ ਪੰਜਾਬ 'ਚ ਚੱਲਦੀ ਹੈ, ਬੀਜੇਪੀ ਦੀ ਦਿੱਲੀ ਤੋਂ ਹੈ, ਤੇ ਉਹ ਹਰੇਕ ਦੀ ਹੁੰਦੀ ਹੈ, ਉੱਥੇ ਰੱਖ ਕੇ ਫਿਰ ਅੱਜ ਉਸ ਚੀਜ਼ ਨੂੰ ਮਨਜ਼ੂਰ ਕਰ ਲਿਆ ਗਿਆ। ਸੋ ਇਸ 'ਚ ਕੋਈ ਇਨਾਮ ਜਾਂ ਨਾ ਇਨਾਮ ਦੀ ਗੱਲ ਨਹੀਂ, ਮੋਰ ਓਵਰ ਕਾਬਲੀਅਤ ਦੀ ਗੱਲ ਕਰੀਏ ਆਪਾਂ। ਵਿਧਾਨ ਸਭਾ ਇਲੈਕਸ਼ਨ 'ਚ 117 ਦੀ 17 ਹਲਕਿਆਂ 'ਚ ਮਾਨ ਸਾਹਿਬ ਨੇ ਘੱਟ ਤੋਂ ਘੱਟ 3-4 ਰੈਲੀਆਂ ਹਰੇਕ ਹਲਕਿਆਂ 'ਚ ਕੀਤੀਆਂ, ਹਰੇਕ ਕੈਂਡੀਡੇਟ ਵਾਸਤੇ ਪ੍ਰਚਾਰ ਕੀਤਾ। ਈਵਨ ਕਿ ਅੱਜ ਜਿਹੜੇ ਖਹਿਰਾ ਸਾਹਿਬ ਗੈਰਤਮੰਦ ਆਪਣੇ ਆਪ ਨੂੰ ਕਹਾਉਂਦੇ, ਬਾਕੀ ਸਭ ਨੂੰ ਗੈਰਤਮੰਦ ਦੱਸੀ ਜਾਂਦੇ ਆ, ਉਹਨਾਂ ਦੇ ਵੀ 3 ਰੈਲੀਆਂ ਕਰਕੇ ਆਏ, ਉਸ ਟਾਈਮ ਮਿੰਨਤਾਂ ਕਰਦੇ ਹੁੰਦੇ ਸੀ ਮੇਰੇ ਇੱਕ ਅੱਧੀ ਹੋਰ ਕਰਜਾ ਮੈਂ ਜਿੱਤ ਜੂੰਗਾ। ਸੋ ਉਹ ਭਰੋਸਾ ਪਾਰਟੀ ਨੇ ਮਾਨ ਸਾਹਿਬ ਤੇ ਇੱਕ ਵਾਰੀ ਫਿਰ ਜਿਤਾਇਆ, ਤੇ ਅੱਗੇ ਪਾਰਟੀ ਨੂੰ ਉਹ ਜਿਹੜਾ ਮਾੜਾ ਮੋਟਾ ਵਖਰੇਵਾ ਹੈਗਾ ਉਹਨੂੰ ਇਕੱਠਾ ਵੀ ਕਰਨਗੇ ਤੇ ਪਾਰਟੀ ਨੂੰ ਵਧੀਆ ਤਰੀਕੇ। ਤੁਸੀਂ ਮੰਨ ਗਏ, ਠੀਕ ਹੈ ਵਾਲੀਆ ਸਾਹਿਬ, ਚੰਗਾ ਮੰਨ ਗਏ ਕਿ ਮਾੜਾ ਮੋਟਾ ਵਖਰੇਵਾ ਹੈਗਾ, ਮਾੜਾ ਮੋਟਾ ਵਿਖਰੇਵਾ ਹੈਗਾ, ਔਰ ਇਹੀ ਇਸੇ ਕਰਕੇ ਹੁਣ ਅਸੀਂ ਚਲੋ ਅੱਗੇ ਚੱਲਦੇ ਹਾਂ। ਦੇਖੋ ਹਰੇਕ ਪਾਰਟੀਆਂ 'ਚ ਹੁੰਦਾ, ਅਕਾਲੀਆਂ 'ਚ ਵੀ ਹੈਗਾ, ਕਾਂਗਰਸ ਵੀ ਆਪਣੇ ਵਿਧਾਇਕ ਕਦੇ ਕਦੇ ਸਟੇਟਮੈਂਟਾਂ ਪਾਰਟੀ ਦੇ ਖਿਲਾਫ ਹੀ ਦੇ ਦਿੰਦੇ ਆ, ਐਲੀਗੇਸ਼ਨ ਲਾਉਂਦੇ ਆ, ਉਹ ਤਾਂ ਹਰੇਕ ਪਾਰਟੀ 'ਚ ਹੈਗਾ। ਚਲੋ ਠੀਕ ਹੈ, ਸਵੈਤ ਸਾਹਿਬ ਹਰੇਕ ਪਾਰਟੀ 'ਚ ਵਿਖਰੇਵਾ ਹੈਗਾ, ਲੇਕਿਨ ਸਵਾਲ ਵੱਡਾ ਹੈ ਕਿ ਜਿਹੜਾ ਹੋ ਸਕਦਾ ਵਾਲੀਆ ਸਾਹਿਬ ਨੂੰ ਇਤਰਾਜ਼ ਹੋਵੇ, ਜਿਹੜਾ ਕੰਡਿਆਂ ਦਾ ਤਾਜ ਮਾਨ ਸਾਹਿਬ ਦੇ ਸਿਰ ਸਜਿਆ, ਉਹ ਵੀ ਉਸ ਵੇਲੇ ਜਦੋਂ ਪਾਰਟੀ 2 ਫਾੜ ਹੈ, ਕੁਛ MLAs ਦਾ ਸਟੈਂਡ ਕਲੀਅਰ ਨਹੀਂ, ਉਹ ਜਾਣਗੇ ਕਿੱਥੇ? ਲੱਗਦਾ ਕਿ 2019 'ਚ ਕੋਈ ਕਮਾਲ ਕਰੇਗਾ? ਦੇਖੋ ਕਮਾਲ ਤਾਂ ਕਰ ਚੁੱਕੇ ਜੀ ਭਗਵੰਤ ਮਾਨ ਜੀ, ਦੇਖੋ ਉਹਨਾਂ ਨੂੰ ਨਸ਼ਿਆਂ ਦੀ ਆਦਤ ਛੱਡਤੀ, ਉਹਨਾਂ ਨੇ ਵੱਡਾ ਕਮਾਲ ਹੈਗਾ ਜੀ, ਤੇ ਪੰਜਾਬ ਦੇ ਨੌਜਵਾਨ ਜਿਹੜੇ ਮੇਰੇ ਛੋਟੇ ਵੀਰ ਬੱਚੇ ਗਲਤ ਆਦਤ 'ਚ ਪੈ ਗਏ ਨੇ, ਉਹਨਾਂ ਨੂੰ ਭਗਵੰਤ ਮਾਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਤੇ ਜਿਹੜਾ ਗਲਤ ਜਿਹੜੇ ਮਤਲਬ ਨਸ਼ਿਆਂ 'ਚ ਪੈ ਜਾਂਦੇ ਨੇ ਉਹ ਛੱਡਣੇ ਚਾਹੀਦੇ ਨੇ, ਬਹੁਤ ਅੱਛੀ ਗੱਲ ਹੈਗੀ ਜੀ, ਮੈਂ ਇਹਨਾਂ ਧੰਨਵਾਦ ਕਰਦਾ, ਤੇ ਬਾਕੀ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਜੀ, ਪ੍ਰਧਾਨ ਬਣਨਾ ਬੜੀ ਵਧੀਆ ਗੱਲ ਹੈਗੀ, ਅੱਛੀ ਪਾਰਟੀ ਨੂੰ ਹੈਡ ਕਰਨਗੇ, ਤੇ ਆਸ ਕਰਦਾ ਕਿ ਪੰਜਾਬ ਦੇ ਜਿਹੜੇ ਮਸਲਿਆਂ ਦੀ ਗੱਲ ਕਰਨਗੇ। ਬਾਕੀ ਇਹ ਹੈਗਾ ਵੀ ਪੰਜਾਬ ਦੇ ਵਿੱਚ ਪਾਰਲੀਮੈਂਟ ਤਾਂ ਦੇਖੋ ਉਹ ਤਾਂ ਪਤਾ ਹੀ ਹੈ ਇਹਨਾਂ ਨੂੰ ਕੀ ਮਿਲਣਾ ਹੈ, ਇਹਨਾਂ ਨੂੰ 13 ਕੈਂਡੀਡੇਟ ਮਿਲ ਜਾਣ, ਉਹ ਵੀ ਬਹੁਤ ਵੱਡੀ ਗੱਲ ਹੋਏਗੀ 13 ਸੀਟਾਂ ਵਾਸਤੇ। ਸੋ ਅੱਗੇ ਵਾਸਤੇ ਲੰਮੀ ਦੌੜ ਦੇਖ ਦਿਓ ਕਿੱਥੇ ਤੱਕ ਲੜਦੇ, ਲੇਕਿਨ ਜੋ ਪਾਸਟ ਹੁੰਦਾ ਹੈਗਾ ਇਤਿਹਾਸ ਜਿਹੜਾ ਹੁਣ ਥੋੜਾ ਜਿੰਨਾ ਵੀ 2-3 ਸਾਲ ਦਾ, ਤੁਹਾਨੂੰ ਕਿਉਂ ਲੱਗ ਰਿਹਾ ਕਿ 13 ਕੈਂਡੀਡੇਟ ਨਹੀਂ ਮਿਲਣਗੇ ਆਮ ਆਦਮੀ ਪਾਰਟੀ ਨੂੰ? ਦੇਖੋ ਤੁਸੀਂ ਜੇ ਤੁਹਾਡੇ ਕੋਲ ਕੈਂਡੀਡੇਟ ਹੈਗੇ 13 ਦੱਸ ਦਿਓ, ਇਹਨਾਂ ਕੋਲ ਵੀ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਲੜਾਉਣ ਨੂੰ ਕਰਤੇ ਹੋਣਾ ਨੇ, ਤੁਸੀਂ 13 ਦੀ ਗੱਲ ਕਰ ਰਹੇ ਹੋ, 5 ਤੋਂ ਅਨਾਉਂਸ ਕਰ ਚੁੱਕੇ ਨੇ, 5 ਉਹਨਾਂ ਦੇ ਆਪਣੇ 13 ਨੇ ਜੀ, 5 ਕਿਤੇ 8 ਰਹਿੰਦੇ ਨੇ ਜੀ, ਹੋਰ 8 ਹੋਰ ਰਹਿੰਦੇ ਨੇ। ਚਿੰਤਾ ਕਰੋ ਫੈਸ ਸਾਹਿਬ, ਛੇਤੀ ਨਾਲ ਫੜਨਗੇ, ਤੁਹਾਡੇ ਤੋਂ ਪਹਿਲਾਂ ਹੋਣਗੇ, ਚਿੰਤਾ ਨਾ ਕਰੋ। ਚਲੋ ਵਾਪਸ ਮੁੱਦੇ ਤੇ, ਹਾਂ ਇੱਕ ਹੈਗਾ ਕਿ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਮੁਕਾਬਲਾ ਹੈਗਾ ਭਗਵੰਤ ਮਾਨ ਤੇ ਖਹਿਰਾ ਸਾਹਿਬ ਦਾ ਮੁਕਾਬਲਾ, ਇਹ ਹਰ ਰੋਜ਼ ਨਵੀਂ ਨਵੀਆਂ ਗੱਲਾਂ ਮੀਡੀਆ 'ਚ ਆਇਆ ਕਰਨਗੀਆਂ, ਇੱਕ ਦੂਜੇ ਦੇ ਜਿਹੜੇ ਹੈਗੇ ਛੱਡਿਆ ਕਰਨਗੇ, ਉਧਰੋਂ ਭਗਵੰਤ ਮਾਨ ਛੱਡਿਆ ਕਰਨਗੇ ਤੇ ਉਧਰੋਂ ਖਹਿਰਾ ਸਾਹਿਬ ਛੱਡਿਆ ਕਰਨਗੇ, ਤੁਹਾਡਾ ਚੰਗਾ ਰੌਣਕ ਮੇਲਾ ਲੱਗਿਆ ਰਹੂਗਾ, ਮੀਡੀਆ 'ਚ ਲੱਗਿਆ ਰਹੂਗਾ, ਅਖਬਾਰਾਂ 'ਚ ਲੱਗਿਆ ਰਹੂਗਾ, ਰੌਣਕ ਮੇਲਾ ਲੱਗਿਆ ਰਹੇਗਾ। ਠੀਕ ਹੈ ਤਾਰਨੀ ਸਾਹਿਬ, ਤਾਰਨੀ ਸਾਹਿਬ ਜੋ ਗੱਲ ਪਿਛਲੇ 2 ਦਿਨ ਤੋਂ ਜਦੋਂ ਚਰਚਾ ਸੀ ਕਿ ਮਾਨ ਸਾਹਿਬ ਨੂੰ ਵਾਪਸ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਸੋ ਖਹਿਰਾ ਸਾਹਿਬ ਐਕਟਿਵ ਹੋ ਕੇ ਕਹਿੰਦੇ ਕਿ ਜੀ ਨਹੀਂ ਇਹ ਤਾਂ ਸਿਆਸੀ ਡਰਾਮਾ, ਤਾਂ ਪਹਿਲਾਂ ਤੋਂ ਹੀ ਪਲਾਨ ਸੀਗਾ, ਇਹ ਤਾਂ ਸਿਰਫ ਉਹ ਮਾਫ਼ੀਨਾਮੇ ਦਾ ਹਾਈਪ ਜਿਹੜਾ ਸੀਗਾ ਉਹ ਥੋੜ੍ਹਾ ਡਾਊਨ ਹੋ ਜਾਏ, ਇਸ ਕਰਕੇ ਅਸਤੀਫਾ ਦਵਾ ਦਿੱਤਾ ਗਿਆ ਸੀ, ਲੱਗਦਾ ਕਿ ਵਾਕਈ ਇਹ ਸਿਆਸੀ ਡਰਾਮਾ ਸੀ।
देखो मान साहब नू सरदार भगवंत सिंह मान कहण दी बजाए ड्रामा प्रधान कह देना चाहीदा, क्योंकि देखो आपां नवनीत जी थोड़ी जी जे गंभीर आपां करिए ना चर्चा करिए आपां इन्हां गल्लां नू एक पासे रख दियो। देखो मैं सिंपल इस मंच ਲੈਜਿਸਲੇਸ਼ਨ ਬਣਾਉਣ ਦੀ ਡਿਊਟੀ ਹੈਗੀ ਆ ਪਾਰਲੀਮੈਂਟ ਦੇ ਵਿੱਚ ਜਾਂ ਆਪਣਾ ਇਹਦੇ ਵਿੱਚ ਥੱਲੇ ਵਾਲੀ ਉਹਦੇ ਵਿੱਚ ਅਸੈਂਬਲੀ ਦੇ ਵਿੱਚ ਇਹ ਗੱਲਾਂ ਕਰਨ ਦੀ ਬਜਾਏ ਦੇਖੋ ਹੁਣ ਤੱਕ ਤੁਸੀਂ ਭਗਵੰਤ ਮਾਨ ਦੀ ਇੱਕ ਕੋਈ ਸੀਰੀਅਸ ਗੱਲ ਦੱਸੋ ਜਿਹਦੇ ਤੇ ਉਹਨਾਂ ਨੇ ਜਿਹੜਾ ਹੈਗਾ ਆਪਣੀ ਮਤਲਬ ਆਪਣੀ ਕਾਬਲੀਅਤ ਇੱਥੇ ਸ਼ੋਅ ਕੀਤੀ ਹੋਵੇ ਜਿੱਥੇ ਲੈਜਿਸਲੇਸ਼ਨ ਦੀ ਲੋੜ ਹੋਵੇ ਬਜਾਏ ਕਿ ਇਹ ਗੱਲਾਂ ਕਰਕੇ ਵੀ ਉਹ ਜੁਮਲੇ ਸੁਣਾਉਣੇ। ਅੱਜ ਮੈਂ ਦੇਖ ਰਿਹਾ ਸੀ ਇੱਕ ਚੈਨਲ ਦੇ ਉੱਤੇ ਉਹਨਾਂ ਨੂੰ ਪੁੱਛ ਰਹੇ ਸੀ ਉੱਥੇ ਵੀ ਉਹੀ ਜੁਮਲੇ ਛੱਡ ਰਹੇ ਸੀ। ਬੜੀ ਸੋਚੀ ਸਮਝੀ ਪਲੈਨਿੰਗ ਹੈ ਔਰ ਮੈਂ ਇਹ ਸਮਝਦਾ ਕਿ ਬਹੁਤ ਉਹਨਾਂ ਦੀ ਉਹ ਹੈਗੀ ਹੈ ਕਿ ਉਹਨਾਂ ਨੇ ਹੌਲੀ 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 ਕਰਕੇ ਸਾਰੇ ਸਾਫ ਕਰਤੇ। ਘੁੱਗੀ ਜੀ ਦੀ ਲਾ ਲਓ ਚਾਹੇ ਚਾਹੇ ਜਿਹੜਾ ਹੈਗਾ ਆਪਣਾ ਇਹਨਾਂ ਦੀ ਲਾ ਲਓ ਖਹਿਰਾ ਸਾਹਿਬ ਦੀ ਲਾ ਲਓ ਚਾਹੇ ਪਹਿਲਾਂ ਜਿਹੜੇ ਹੈਗੇ ਸੀ ਇਹਨਾਂ ਦੇ ਪ੍ਰਧਾਨ ਉਹਨਾਂ ਦੀ ਲਾ ਲਓ ਗੁਰਦਾਸਪੁਰ ਵਾਲੇ ਸਾਰੇ ਦੇ ਸਾਰੇ ਸਾਫ ਕਰਕੇ ਇੱਕ ਆਪਣਾ ਡਰਾਮਾ ਜਿਹਾ ਕਰਕੇ ਜਿਹੜਾ ਹੈਗਾ ਦੁਬਾਰਾ ਫੇਰ ਉਹਦੇ ਹੀ ਪ੍ਰਧਾਨ ਬਣ ਗਏ। ਔਰ ਅੱਜ ਦੀ ਜਿਹੜੀ ਉਹਨਾਂ ਦੀ ਇੰਟਰਵਿਊ ਸੀ ਨਾ ਉਹਦੇ 'ਚ ਉਹਨਾਂ ਨੇ ਕੁਐਸਚਨ ਪੁੱਛਿਆ ਸੀ ਉਹਨਾਂ ਨੂੰ ਕਿ ਜੀ ਜਿਹੜਾ ਤੁਸੀਂ ਪਹਿਲਾਂ ਅਸਤੀਫਾ ਦਿੱਤਾ ਸੀ ਤੁਹਾਡਾ ਅਸਤੀਫਾ ਇਸ ਗੱਲ ਤੇ ਸੀ ਕਿ ਜਿਹੜੇ ਕੇਜਰੀਵਾਲ ਜੀ ਹੈਗੇ ਆ ਉਹਨਾਂ ਨੇ ਮਜੀਠੀਆ ਸਾਹਿਬ ਦੇ ਖਿਲਾਫ ਕੇਸ ਵਾਪਸ ਕਿਉਂ ਲਿਆ ਉਹਨਾਂ ਨੇ ਇਸ ਗੱਲ ਤੇ। ਉਹ ਨਹੀਂ ਜੀ ਉਹਨਾਂ ਨੇ ਕਹਿੰਦਾ ਮੈਨੂੰ ਸਮਝਾਤਾ ਸੀ ਫਿਰ ਬੈਠ ਕੇ ਉਹ ਅੰਦਰ ਬੈਠ ਕੇ ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਆ ਜੀ ਕੀ ਕਰਦੇ ਆ ਕਿਹੜੇ ਕੋਈ ਤਾਜੇ ਕੋਈ ਨਹੀਂ ਹੈਗਾ ਕੰਡਿਆਂ ਵਾਲੇ ਤਾਂ ਕੰਡਿਆਂ ਵਾਲਾ ਤਾਂ ਤਾਜ ਬਹੁਤ ਵੱਡੀ ਗੱਲ ਹੁੰਦੀ ਆ ਇਹਨਾਂ ਕੋਲ ਤਾਂ ਕੋਈ ਤਾਜੇ ਹੈ ਨਹੀਂ 13 ਬੰਦੇ ਇਹਨਾਂ ਕੋਲ ਇਕੱਠੇ ਨਹੀਂ ਹੋਣੇ ਭੋਗ ਇਹਨਾਂ ਦਾ ਪਿਆ ਵੈ ਡੱਡੂਆਂ ਦੀ ਪੰਸੇਰੀ ਕਦੇ ਉੱਧਰ ਟੱਕਰਾਂ ਮਾਰਦੇ ਫਿਰਦੇ ਆ ਕਦੇ ਉੱਧਰ ਟੱਕਰਾਂ ਮਾਰਦੇ ਫਿਰਦੇ ਆ ਸੋ ਇਸ ਕਰਕੇ ਨਾ ਕੋਈ ਤਾਜ ਮਿਲਿਆ ਇਹਨਾਂ ਨੂੰ ਨਾ ਤਾਜ ਰਹਿਣਾ ਹੈ ਜੀ। ਆਹ ਤੁਸੀਂ ਹੁਣ ਆਹ ਜਿਹੜੀ ਇਸ ਟਾਈਮ ਉਹ ਸੁੱਖ ਪਾਲ ਰਹੇ ਆ ਉਹਦੀ ਜਿਹੜੀ ਪੈਨਸ਼ਨ ਪੁਸ਼ਨ ਮਿਲ ਜਾਇਆ ਕਰੂਗੀ ਉਹਦੇ ਨਾਲ ਵਧੀਆ ਆਪਣਾ ਮੌਜ ਕਰ ਲਿਆ ਕਰਨਗੇ ਤੇ ਆਪਣਾ ਉਹਨਾਂ ਦਾ ਕੰਮ ਕੁੰਮ ਚੱਲਦਾ ਰਹੂਗਾ ਤੇ ਬਾਕੀ ਹਾਂ ਪ੍ਰਧਾਨ ਬਣੇ ਆ ਅਸੀਂ ਵੀ ਚਲੋ ਉਹਨਾਂ ਨੂੰ ਇਸ ਗੱਲ ਦਾ ਉਹ ਦਿੰਦੇ ਆ ਲੇਕਿਨ ਧਰਨੀ ਸਾਹਿਬ ਨਾਲ ਦੀ ਨਾਲ ਅਸੀਂ ਤਕੀਦ ਵੀ ਕਰਦੇ ਆ ਧਰਨੀ ਸਾਹਿਬ ਇੱਕ ਗੱਲ ਤੇ ਤੁਸੀਂ ਮੰਨੋਗੇ ਕਿ ਇਹੀ ਗੱਲ ਅਕਾਲੀ ਦਲ 2 ਸਾਲ ਪਹਿਲਾਂ ਵੀ ਕਹਿੰਦਾ ਸੀ ਪਰ ਅਕਾਲੀ ਦਲ ਨੂੰ ਤੀਜੇ ਨੰਬਰ ਤੇ ਉਹਨਾਂ ਨੇ ਲਿਆ ਕੇ ਖੜਾ ਕਰਤਾ ਔਰ ਆਪ ਮੁੱਖ ਵਿਰੋਧੀ ਪਾਰਟੀ ਬਣ ਗਏ। ਬਿਲਕੁਲ ਬਿਲਕੁਲ ਦੇਖੋ ਨਵਨੀਤ ਜੀ ਦੋ ਗੱਲਾਂ ਸੀ ਉਹਦੇ ਵਿੱਚ ਇੱਕ ਤਾਂ ਮੈਂ ਇਹ ਸਮਝਦਾ ਕਿ ਇਹਨਾਂ ਲੋਕਾਂ ਨੇ ਜਿਹੜੇ ਸਾਡੇ ਬਾਹਰ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਆ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਭਰਮਾ ਲਿਆ ਸੀ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਉਸ ਲੋਕ ਸਮਝ ਚੁੱਕੇ ਆ ਇਹਨਾਂ ਨੂੰ ਵੀ ਇਹ ਹੈ ਕੌਣ ਹੈ ਡੱਡੀਆਂ ਡੱਡੂਆਂ ਦੀ ਪੰਸੇਰੀ ਆ ਇਹ ਇੱਕ ਨੂੰ ਇਕੱਠਾ ਕਰਦਾ ਦੂਆ ਛਾਲ ਮਾਰ ਜਾਂਦਾ ਦੂਏ ਨੂੰ ਫੜਦੇ ਆ ਤੀਆ ਛਾਲ ਮਾਰ ਜਾਂਦਾ ਉਹ ਲੋਕ ਸਮਝ ਚੁੱਕੇ ਆ ਸੋਸ਼ਲ ਮੀਡੀਆ ਵਾਲਾ ਜਿਹੜਾ ਇਹਨਾਂ ਦਾ ਇੰਨਾ ਸੀ ਲੋਕਾਂ ਨੂੰ ਸਾਰੇ ਪੰਜਾਬ ਨੂੰ ਇਹਨਾਂ ਨੇ ਨਸ਼ੈੜੀ ਬਣਾਤਾ ਸੀ ਔਰ ਸਾਰੇ ਪੰਜਾਬ ਨੂੰ ਨਸ਼ੈੜੀ ਬਣਾ ਕੇ ਅੱਜ ਇਹ ਉਹਦੇ ਵਿੱਚ ਵੱਡਾ ਜਲਸੇ ਕਰਕੇ ਉਹਨਾਂ ਦੇ ਵਿੱਚ ਆਪਣੀਆਂ ਸ਼ਰਾਬ ਛੱਡਣ ਦੀਆਂ ਗੱਲਾਂ ਕਰ ਰਿਹਾ ਔਰ ਦੱਸ ਰਿਹਾ ਕਿ ਮੈਂ ਵੀ ਨਸ਼ਈ ਸੀ ਸ਼ਰਾਬੀ ਸੀ ਔਰ ਆਪਣੀ ਮਾਂ ਦੀਆਂ ਸੌਂਹਾਂ ਖਾ ਰਿਹਾ ਇਸ ਤਰ੍ਹਾਂ ਦੀਆਂ ਤਾਂ ਗੱਲਾਂ ਹੋ ਰਹੀਆਂ ਕੀ ਇਹ ਇੱਕ ਲੈਜਿਸਲੇਟਰ ਦੇ ਕੰਮ ਹੈਗੇ ਆ ਨਵਨੀਤ ਜੀ ਸੋਚਣ ਵਾਲੀ ਤਾਂ ਗੱਲ ਇਹ ਹੈਗੀ ਆ ਬਾਕੀ ਬਹਿਸ ਤਾਂ ਦੇਖੋ ਉਹ ਬਣ ਗਏ ਜਾਂ ਨਾ ਬਣ ਗਏ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸਵਾਲ ਇਹ ਹੈਗਾ ਕਿ ਸੁਹਿਰਦ ਜਿਹੜਾ ਹੈਗਾ ਨੇਤਾ ਕੌਣ ਹੈਗਾ ਲੋਕਾਂ ਨੂੰ ਸੇਧ ਕੌਣ ਦੇ ਸਕਦਾ ਅਸੀਂ ਲੋਕਾਂ ਨੇ ਤਾਂ ਇਹਨਾਂ ਲੋਕਾਂ ਨੇ ਤਾਂ ਵਿਗਾੜ ਕੇ ਰੱਖਤੀ ਜੀ ਉਹ ਛਵੀ ਵਿਗਾੜ ਕੇ ਰੱਖਤੀ ਇਹ ਸੋਚਦੇ ਆ ਸ਼ਾਇਦ ਜੁਮਲਿਆਂ ਦੇ ਨਾਲ ਲੋਕਾਂ ਦੇ ਕੱਟ ਕਰਕੇ ਉਹਨਾਂ ਨੂੰ ਆਪਣੇ ਮਗਰ ਲਾਇਆ ਜਾ ਸਕਦਾ। ਚਲੋ ਠੀਕ ਹੈ ਕੰਗ ਸਾਹਿਬ ਸਵਾਲ ਵੱਡਾ ਹੀ ਬਰਕਰਾਰ ਹੈ ਕਿ ਬਈ ਜੁਮਲਿਆਂ ਰਾਹੀਂ ਸਾਰਾ ਕੁਝ ਹੋ ਸਕਦਾ ਜਾਂ ਇੱਕ ਪ੍ਰਧਾਨਗੀ ਵਾਲੀ ਗੱਲ ਜਾਂ ਕਹੀਏ ਕਿ ਪ੍ਰਧਾਨਗੀ ਵਾਲੀ ਜ਼ਿੰਮੇਵਾਰੀ ਲੈ ਕੇ ਅੱਗੇ ਤੁਰਨਾ ਪਏਗਾ ਜੋ ਕਿ ਸ਼ਾਇਦ ਔਖਾ ਨਜ਼ਰ ਆ ਰਿਹਾ ਇਸ ਵੇਲੇ ਜਦੋਂ ਪਾਰਟੀ ਦੋ ਫਾੜ। ਨਵਨੀਤ ਜੀ ਦੇਖੋ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਔਰ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਬੜਾ ਸਹਿਯੋਗ ਕੀਤਾ ਇੱਕ ਪਰਿਵਰਤਨ ਦੀ ਲਹਿਰ ਚੱਲੀ
और लेकिन इन्होंने निराश किया और लोग वार वार मौका नहीं देंगे और इस तो बाद दोबारा ये मौके की उम्मीद ना रख। नंबर एक, नंबर दो, भगवंत मान साहब एक अच्छे कमेडियन है, बड़े अच्छे वक्ता भी हो सकते हैं, किकली भी अच्छी पा लेंगे, कमेडी भी बहुत अच्छी कर लेंगे, लेकिन किते ना किते पोलिटिकल अगवाई देन च वो विफल रहे। अच्छा। जब वो दावे जिन्ने मर्जी कर लैन, तुसी एक अभिनय करना एक स्टेज ते परफॉर्म करना अलग गल है, लोकां दे हकीकत नाल जुड़े हुए मुद्दियां नूं लैके संघर्ष करना अलग गल है। जिस तरह दियां वीडियो कई इन्हां दियां कन्वर्सेशन रिकॉर्डिंग आईयां जदों पिछले विधानसभा दे इलैक्शन सी, फूलका साहब बारे गांधी साहब बारे की कह रहे थे, मतलब कॉम्प्लीकेशन और मन मिटाव मन च उदों भी किस तरह का फ्रेम सी, इस जग जाहिर है। जिथों तक एज ए प्रधान पंजाब की अगवाई, देखो मैं कहना है भी पंजाब के लोग बेसिक जेड़े चार पांच मुद्दे आम आदमी पार्टी नाल रिलेटेड है उन्हां ते भगवंत मान साहब ने हजे तक स्टैंड क्लीयर नहीं किया। नंबर एक, पंजाब के पानिया ते भगवंत मान साहब का केजरीवाल साहब का दोनों का स्टैंड की है, भगवंत मान साहब का की है, हजे तक नहीं होया। नंबर दो, NRI तो जिन्ना पैसा आया आम आदमी पार्टी के लोग कहते हैं उसके बारे भगवंत मान साहब ने हजे तक कोई स्पष्टीकरण कोई अपनी स्टेटमेंट नहीं दी। नंबर तीन, बड़ा ही सीरियस आरोप लग्या सी कई महिलावां ना एक्सप्लॉयटेशन हुई आम आदमी पार्टी के वर्करां ना, और भगवंत मान साहब का कोई हजे तक पिछले दो साल स्टेटमेंट नहीं आया। नंबर तीन, सब तो गंभीर जिहड़ा इन्हां ते चार्जेस आम आदमी पार्टी ते लगे, पैसा दे के टिकटां वंडियां, उन्हां ते भी भगवंत मान साहब ने कभी कोई दो साल स्टेटमेंट नहीं दिती। ये अपनी पार्टी की कलैरिफिकेशन नहीं दे पाए पंजाब के मुद्दे तो बहुत वड्डी गल है। मैनू लगता है भी हुण ते वैसे भी आम आदमी पार्टी का जिहड़ा झाड़ू वो बिखर चुकिया है, ये मनन ना मनन, 7-8 MLA अलग घूम रहे, पार्टी खहरा साहब तो चलो अलग बना ही चुके हैं पर वो MLA भी बाकी हो चुके हैं। तो भगवंत मान साहब के सामने चुनौतियां पार्टी आम आदमी पार्टी का स्ट्रक्चर खड़ा करने भी बहुत वड्डी है, क्योंकि बेसिक स्ट्रक्चर ही आम आदमी पार्टी को हजे तक है नहीं, और जेड़ी भी पार्टी 25,000 तो 1900 वोटा ते आ गई है उहदा अगला फ्यूचर जेड़ा मैनू लगता बड़ा बड़ा अंधकार बड़ा डार्क नजर आ रहा है। भगवंत मान साहब तुसी कह रहे हो कि बड़ा अंधकार वाला नजर आ रहे, ठीक है कंग साहब, प्रोफेसर साहब, प्रोफेसर साहब, तुसी ते बड़े नेड़े हो, पिछले 3 साल तो सारा कुछ वेख रहे हो, लगता है कि मैं वापस उस सवाल ते आवां कि जिहड़ी गल सियासी ड्रामे वाली सी उहदे नाल नाल लगता कि कोई कोई कमाल होएगा मान की सरदारी नाल 2019 कोई कमाल होंदा नजर आएगा, जो 2014 च अनएक्सपैक्टेड हिंदुस्तान चो कल्ले 4 सीटा पंजाब तो आईयां सी। नहीं नहीं उहदा देखो मैं जे इमानदारी नाल कमेंट दियां ते जिस तरह थले चले गया वा ना सारा जोश लोकां दा भी ते उहदा असर गां MLA ते भी हैगा आ, तुसी नोट कीता होणा कि 2017 तो बाद पार्टी मुख तौर ते MLA दी ही बन के रह गई, और भावे चलो होर भी छोटा मोटा बलबीर सिंह उन्होंने डॉक्टर साहब ने कुछ कीतियां कोशिशां वो, पर वो बहुता मजबूती ना बनता नहीं है पार्टी का दे नाल रवैया रहिंदा है कि वो ज्यादा चुने हुए बंदियां नूं भावे वो MP ते MLA उन्होंने ज्यादा सत्ता बख्श देंदे आ, उहदे रिजल्ट दे तौर ते तुसीं देखिया कि कोई बहुती वड्डी कोई मूवमेंट पंजाब पद्धर दी नहीं दिखी। ਲੋਕਾਂ ਨੇ ਇਹਨਾਂ ਦੇ ਹੱਕ 'ਚ 2-3 ਸਾਲ ਜ਼ਰੂਰ ਹਨੇਰੀ 'ਚ ਲਾ ਛੱਡੀ ਆ, ਜਦੋਂ ਇਹਨਾਂ ਦਾ ਵਾਰੀ ਆਈ ਕਿ ਇਹ ਵੀ ਹੁਣ ਉਹਨਾਂ ਦੀਆਂ ਮੰਗਾਂ ਲੈ ਕੇ ਕੋਈ ਹਨੇਰੀ 'ਚ ਲਾਉਣ ਪੰਜਾਬ ਦੇ ਵਿੱਚ, ਉਹ ਦਿਖਿਆ ਨਹੀਂ, ਅਤੇ ਕਾਰਨ ਇਹੀ ਜਾਣਦੇ ਹੋਣਗੇ, ਪਤਾ ਨਹੀਂ ਕੋਈ ਅੰਦਰੂਨੀ ਬੇਇਤਫਾਕੀ ਵੀ ਹੋ ਸਕਦੀ ਆ, ਉਹ ਘਰ ਨੂੰ ਸਾਂਭਣ ਦੀਆਂ ਗੱਲਾਂ ਵੀ ਹੋ ਸਕਦੀਆਂ, ਪਰ ਉਹ ਦਿਖਿਆ ਨਹੀਂ। ਹੁਣ ਇਸ ਕਰਕੇ ਮੈਂ ਤਾਂ ਇਹੀ ਗੱਲ ਕਹਿ ਸਕਦਾ ਹਾਂ ਕਿ ਜਿਵੇਂ ਸਫੈਦ ਸਾਹਿਬ ਕਹਿੰਦੇ ਆ ਕਿ ਮੈਂ ਭਗਵੰਤ ਮਾਨ ਸਾਹਿਬ ਨੂੰ ਦੋਹਰੀ ਵਧਾਈ ਦਿੰਦਾ, ਇੱਕ ਤਾਂ ਉਹਨਾਂ ਨੇ ਜਿਹੜਾ ਨਸ਼ਾ ਛੱਡਿਆ ਉਹਨਾਂ ਦੀ ਸਿਹਤ ਰੱਬ ਉਹਨਾਂ ਨੂੰ ਲੰਬੀ ਉਮਰ ਦੇਵੇ, ਸਿਹਤ ਉਹਨਾਂ ਦੀ ਜਿਹੜੀ ਆ ਠੀਕ ਰਹੇ, ਔਰ ਇਹ ਇਸੇ ਤਰ੍ਹਾਂ ਕਾਇਮ ਰਹਿਣ, ਕਿਉਂਕਿ ਕਈ ਵਾਰੀ ਇਹ ਦੁਬਾਰਾ ਵੀ ਉੱਧਰ ਨੂੰ ਬੰਦੇ ਦਾ ਧਿਆਨ ਚਲੇ ਜਾਂਦਾ, ਸਾਨੂੰ ਸਾਰਿਆਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ। ਦੂਜਾ ਉਹਨਾਂ ਨੂੰ ਪ੍ਰਧਾਨਗੀ ਦਾ, ਪ੍ਰਧਾਨਗੀ ਕੋਈ ਕੰਡਿਆਂ ਦਾ ਤਾਜ ਨਹੀਂ ਹੈ ਨਵਨੀਤ, ਹੈ ਇਸ ਵੇਲੇ ਹਾਲ ਦੀ ਘੜੀ ਦੇ ਝੰਡਿਆਂ ਦਾ ਤਾਜ ਆ, ਕਿਸੇ ਵੀ ਪ੍ਰਧਾਨ ਨੂੰ ਪੁੱਛੋ ਭਾਵੇਂ ਕੰਡਿਆਂ ਦਾ ਹੋਵੇ ਭਾਵੇਂ ਕਿਸੇ ਕਿਸਮ ਦਾ ਵੀ ਹੋਵੇ, ਉਹ ਇਹ ਨਹੀਂ ਮੰਨਦੇ ਆ, ਉਹ ਕਹਿੰਦੇ ਸਾਡੇ ਤੇ ਝੰਡਿਆਂ ਦਾ ਆ, ਸਾਡੇ ਤੇ ਝੰਡੇ ਝੁੱਲਣ ਲੱਗ ਗਏ ਆ, ਇਸ ਕਰਕੇ ਉਹਦੇ 'ਚ ਨਹੀਂ। ਪਰ ਜਿਹੜਾ ਤੁਹਾਡੀ ਕਰਿਓਸਿਟੀ ਆ, ਤੁਹਾਨੂੰ ਚੱਲ ਲੱਗਦਾ ਕਿ ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਕੱਲ ਨੂੰ ਕੀ ਹੋਊਗਾ। ਦੇਖੋ ਅਸੀਂ ਪੰਡਿਤ ਤਾਂ ਨਹੀਂ ਹੈਗੇ, ਪਰ ਮੈਂ ਫਿਰ ਇਹੀ ਗੱਲ ਕਹਿੰਦਾ ਕਿ ਜੋ ਨਿਰਾਸ਼ਾ
ਇਸ ਵੇਲੇ ਪੰਜਾਬ ਦੇ ਵਿੱਚ ਰਾਜਨੀਤਿਕ ਫਰੰਟ ਤੇ ਬਣੀ ਹੋਈ ਹੈ ਉਹ ਭਗਵੰਤ ਮਾਨ ਦੇ ਆਪਣੇ ਜਿਹੜੇ ਕਲਾਕਾਰੀਆਂ ਹੈਗੀਆਂ ਤੇ ਕਲਾਬਾਜ਼ੀਆਂ ਦੇ ਕਲਾਕਾਰੀਆਂ ਉਹ ਸ਼ਾਇਦ ਕੁਛ ਵਕਤੀ ਤੌਰ ਤੇ ਤਾਂ ਠੀਕ ਆ ਕਿ ਲੋਕਾਂ ਨੂੰ ਇਕੱਠੇ ਕਰ ਲੈਣਾ ਹੋਰ ਕਰ ਲੈਣਾ ਉਹ ਰਾਜਨੀਤਿਕ ਸ਼ਕਤੀ ਬਣਾਉਣ ਦੇ ਵਿੱਚ ਕਿੰਨੀ ਕੁ ਕਾਮਯਾਬ ਹੋਊਗੀ ਉਹ ਇੱਕ ਬੜਾ ਵੱਡਾ ਸਵਾਲ ਹੈਗਾ ਦੇਖੋ ਇਕੱਠੇ ਕਰ ਲੈਣਾ ਗਾਣੇ ਸੁਣ ਲੈਣਾ ਵੋਟਾਂ ਦੂਜੇ ਪਾਸੇ ਪਾ ਦੇਣ ਜਾਂ ਪਾਰਟੀ ਨੂੰ ਜਿੱਦਣ ਕੋਈ ਰੈਲੀ ਕਰਨ ਦੀ ਲੋੜ ਹੈ ਉਦਣ ਆਉਣ ਨਾ ਤੇ ਉਹ ਜਿਹੜਾ ਬਹੁਤ ਜ਼ਰੂਰੀ ਸੰਗਠਨ ਉਹਦੇ 'ਚ ਵਿਸ਼ਵਾਸ ਤੇ ਭਰੋਸਾ ਬਣਨਾ ਔਰ ਉਹ ਕੰਮ ਕਰਨਾ ਉਹਦਾ ਮੈਨੂੰ ਅਜੇ ਉਹ ਅਜੇ ਲੰਮਾ ਜਰਨੀ ਆ ਉਹਦੇ ਲਈ ਇਹਨਾਂ ਨੂੰ ਆਪਣਾ ਸੰਭਲ ਵੀ ਗੱਲ ਕਿ ਇੰਨਾ ਦੇਰ ਕਿਉਂ ਕੀ ਆ ਲਾਸਟ ਗੱਲ ਕਿ ਇਹਦੇ 'ਚ ਕੀ ਡਰਾਮਾ ਸੀ ਕਿੱਦਾਂ ਸੀ ਮੇਰਾ ਖਿਆਲ ਹੈ ਕਿ ਦੇਖੋ ਉਹਨਾਂ ਨੇ ਤੇ ਦੋਵੇਂ ਕੰਮ ਕਰ ਲਏ ਸਿਆਣੇ ਨਿਕਲੇ ਭਗਵੰਤ ਮਾਨ ਘੱਟੋ ਘੱਟ ਖਹਿਰੇ ਨਾਲੋਂ ਬਹੁਤ ਸਿਆਣੇ ਨਿਕਲੇ ਕਿ ਉਹਨਾਂ ਨੇ ਆਪਣਾ ਇਹ ਵੀ ਲੋਕਾਂ ਨੂੰ ਪੰਜਾਬ ਦੇ ਅੰਦਰ ਦੱਸਦਾ ਕਿ ਦੇਖੋ ਜੀ ਮੇਰਾ ਦੇ ਜਿਹੜਾ ਹੈਗਾ ਆ ਮੈਂ ਨੀ ਇਸ ਗੱਲ ਦੇ ਬੰਬ ਮਾਫੀਨਾਮੇ ਦੇ ਹੱਕ ਦੇ ਵਿੱਚ ਸੰਜੇ ਸਿੰਘ ਨੇ ਵੀ ਦੱਸਤਾ ਤੇ ਨਾਲ ਹੀ ਚੁੱਪ ਕਰਕੇ ਬੈਠੇ ਰਹੇ ਦਿੱਲੀ ਵਾਲੇ ਇਹ ਸੋਚਦੇ ਸੀਗੇ ਕਿ ਉਹ ਵਾਪਸ ਆ ਜਾਣ ਕਮਰ ਸੰਧੂ ਹੁਣੀ ਜਾਂ ਮਨਸਾਈਆ ਹੁਣੀ ਕਿ ਇਹ ਪੋਸਟ ਨੂੰ ਸਸਪੈਂਡ ਰੱਖੋ ਵੀ ਇਹਨੇ ਇਹਦੇ ਮਤਲਬ ਅਕਸੈਪਟੇਬਲ ਨਹੀਂ ਸੀ ਉਹ ਵੀ ਵੇਖ ਰਹੇ ਸੀਗੇ ਕਿ ਜੇ ਉਹ ਵਾਪਸ ਆ ਜਾਣ ਤੇ ਉਹਨਾਂ ਨੂੰ ਪ੍ਰਧਾਨਗੀ ਫੜਾ ਦਈਏ ਉਹ ਉਹਨਾਂ ਨੇ ਮੌਕਾ ਲਿਆ ਨਹੀਂ ਹੁਣ ਹਾਰ ਕੇ ਜਦੋਂ ਉਹਨਾਂ ਪਾਰਟੀ ਅਲੱਗ ਕਰ ਲਈ ਉਹ ਅਜੇ ਉਹਨਾਂ ਨੇ ਕਿਹਾ ਚੰਗਾ ਫਿਰ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਹੁਣ ਸਾਡਾ ਪ੍ਰਧਾਨ ਇਹੋ ਜੇ ਤੇ ਅਸੀਂ ਇਹਨੂੰ ਨਸ਼ਾ ਮੁਕਤ ਕਰ ਦਿੱਤਾ ਤੇ ਚਲੋ ਉਹ ਗੱਲ ਚੰਗੀ ਆ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਇਹ ਸੂਟ ਕਰਦਾ ਤੇ ਬਾਕੀ ਇਹ ਨਾ ਤੇ ਦਿੱਲੀ ਦੀ ਬਿਲਕੁਲ ਫਸਟ ਚੋਇਸ ਹੈਗੀ ਆ ਤੇ ਹੋਰ ਮੈਨੂੰ ਲੱਗਦਾ ਇਹ ਚੋਇਸ ਦੀ ਜਗ੍ਹਾ ਹਾਲਾਤਾਂ ਦਾ ਫਲ ਇਹਨਾਂ ਨੂੰ ਮਿਲਿਆ ਕਿਉਂਕਿ ਹੋਰ ਕੋਈ ਇਸ ਵੇਲੇ ਬੰਦਾ ਸੀਗਾ ਹੀ ਨਹੀਂ ਮੈਦਾਨ 'ਚ ਇਹਨਾਂ ਦੇ ਬਰਾਬਰ ਦਾ ਤੇ ਚੰਗੀ ਗੱਲ ਹੈ ਇਹਨਾਂ ਨੂੰ ਇਸ ਗੱਲ ਚਲੋ ਵਾਲੀਆ ਸਾਹਿਬ ਜਵਾਬ ਦਿਓ ਵਾਲੀਆ ਸਾਹਿਬ ਵੱਲੋਂ ਤੇ ਇਹੋ ਹੀ ਉਮੀਦ ਆ ਕਿ ਪਾਰਟੀ ਵਧੇ ਫੁੱਲੇ ਨਵਨੀਤ ਜੀ ਮੈਂ ਉਮੀਦ ਕਰੂੰਗਾ ਮੈਨੂੰ ਟਾਈਮ ਥੋੜਾ ਬਿਲਕੁਲ ਹੁਣ ਥੋੜਾ ਜਿਹਾ ਤੁਹਾਡੇ ਕੋਲ ਕਈ ਨੇ ਤੇ ਜਵਾਬ ਵੀ ਤਾਂ ਸਾਰਿਆਂ ਦੇ ਜਵਾਬ ਦੇਣੇ ਖੁੱਲਾ ਜਿੰਨਾ ਮਰਜ਼ੀ ਟਾਈਮ ਹੀ ਟਾਈਮ ਹੈ ਤੁਹਾਡੇ ਕੋਲ ਹੋਰ ਹੈ ਤਾਂ ਕੁਝ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਹੋਈ ਕਿ ਮਾਨ ਸਾਹਿਬ ਜਿਹੜੇ ਚੁਟਕਲੇ ਸੁਣਾਉਂਦੇ ਆ ਜੀ ਕਵਿਤਾ ਸੁਣਾਉਂਦੇ ਆ ਪਾਰਲੀਮੈਂਟ 'ਚ ਆਲਮੋਸਟ ਇੱਥੇ ਤਿੰਨ ਵਕੀਲ ਬੈਠੇ ਆ ਤੇ ਪ੍ਰੋਫੈਸਰ ਸਾਹਿਬ ਯੂਨੀਵਰਸਿਟੀ ਪੜ੍ਹਾਉਂਦੇ ਆ ਚਾਰ ਮਿੰਟ ਦਾ ਸਮਾਂ ਪਾਰਲੀਮੈਂਟ 'ਚ ਹੁੰਦਾ ਹੈ ਤੇ ਚਾਰ ਮਿੰਟ 'ਚ ਕੋਈ ਗੱਲ ਕਿਵੇਂ ਰੱਖੀ ਜਾ ਸਕਦੀ ਹੈ ਉਹ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਕਿ ਇੱਕ ਮੁੱਦਾ ਵੀ ਨਹੀਂ ਚੱਕਿਆ ਜਾ ਸਕਦਾ ਪਾਰਲੀਮੈਂਟ 'ਚ ਟੌਪ 5 'ਚ ਕੁਐਸਚਨਿੰਗ ਲਾਉਣ 'ਚ ਭਗਵੰਤ ਮਾਨ ਜੀ ਦਾ ਨਾਮ ਆਉਂਦਾ ਹੈ ਹੋਰ ਨਾ ਤਾਂ ਅਕਾਲੀ ਦਲ ਦੇ ਲੀਡਰ ਦਾ ਨਾਮ ਆਉਂਦਾ ਹੈ ਐਮ ਪੀ ਦਾ ਨਾਮ ਆਉਂਦਾ ਪੰਜਾਬ 'ਚ ਨਾ ਕਾਂਗਰਸ ਦੇ ਐਮ ਪੀ ਦਾ ਨਾਮ ਆਉਂਦਾ ਹੈ ਸੋ ਇਹ ਤਾਂ ਸਾਫ਼ ਕਲੀਅਰ ਹੈ ਕਿ ਮੁੱਦੇ ਕੌਣ ਚੱਕਦਾ ਹੈ ਉਸ ਤੋਂ ਬਾਅਦ ਇਹ ਗੱਲ ਕਰਦੇ ਜੀ ਵਾਰ ਵਾਰ ਇਹਨਾਂ ਨੇ ਨਸ਼ੇ ਦੀ ਗੱਲ ਕੀਤੀ ਚਲੋ ਨਸ਼ਾ ਛੱਡਤੇ ਆ ਵਧਾਈ ਜੀ ਫਲਾਣਾ ਧਿਮਕਾ ਇਹ ਜੀ ਗੱਲਾਂ ਕਰਦੇ ਹੈ ਕੈਪਟਨ ਸਾਹਿਬ ਦੀ ਰੋਜ਼ ਫੋਟੋਆਂ ਵਾਇਰਲ ਹੁੰਦੀਆਂ ਅਸੀਂ ਕਦੀ ਨਹੀਂ ਕਿਹਾ ਵੀ ਕੈਪਟਨ ਸਾਹਿਬ ਤਾਂ ਸ਼ਰਾਬ ਪੀਂਦੇ ਆ ਜੀ ਰੋਜ਼ ਦਾਰੂ ਪੀਂਦੇ ਆ ਜੀ ਕੁਛ ਸ਼ਰਾਰਤੀ ਲੋਕਾਂ ਨੇ ਇਹ ਕਹਿ ਦਈਏ ਕਿ ਇਨਸਕਿਓਰ ਪੋਲੀਟੀਕਲ ਲੋਕਾਂ ਨੇ ਉਹਨਾਂ ਨੇ ਕੁਛ ਪੁਰਾਣੀ ਵੀਡੀਓ ਚੱਕ ਕੇ ਲੋਕਾਂ ਨੂੰ ਮਿਸਲੀਡ ਕਰਨ ਵਾਸਤੇ ਦਿਖਾਉਣ ਵਾਸਤੇ ਵੀ ਦੇਖੋ ਜੀ ਇਹ ਤਾਂ ਸ਼ਰਾਬੀ ਆ ਜੀ ਤਾਂ ਫਲਾਣਾ ਜੀ ਉਹ ਇੱਕ ਭਰਮ ਪੈਦਾ ਕੀਤਾ ਅੱਛਾ ਮੈਨੂੰ ਮੈਂ ਮਾਫੀ ਨਾਲ ਰੋਕ ਰਿਹਾ ਵਾਲੀਆ ਸਾਹਿਬ ਮਾਫੀ ਨਾਲ ਰੋਕ ਰਿਹਾ ਵਾਲੀਆ ਸਾਹਿਬ ਕੋਈ ਛੇ ਸਾਲ ਪੁਰਾਣੀ ਦੋ ਸਾਲ ਪੁਰਾਣੀ ਤਿੰਨ ਸਾਲ ਫਿਰ ਉਸ ਮੰਚ ਤੋਂ ਵਾਲੀਆ ਸਾਹਿਬ ਵਾਲੀਆ ਸਾਹਿਬ ਵਾਲੀਆ ਸਾਹਿਬ ਉਸ ਮੰਚ ਤੋਂ ਬਰਨਾਲਾ ਰੈਡੀ ਦੇ ਮੰਚ ਤੋਂ ਕਿਉਂ ਭਗਵੰਤ ਮਾਨ ਨੇ ਕਿਹਾ ਕਿ ਮੈਂ 1 ਜਨਵਰੀ ਤੋਂ ਛੱਡਤੀ ਜੋ ਬਹੁਤ ਪੁਰਾਣੀ ਸੀ ਤੇ ਕਹਿੰਦੇ ਮੈਂ ਤੇ ਬਹੁਤ ਪਹਿਲਾਂ ਛੱਡਤੀ ਫਿਰ ਉਹ ਕਿਉਂ ਉਹਨਾਂ ਨੇ ਕਿਹਾ ਕਿ 1 ਜਨਵਰੀ ਤੋਂ ਛੱਡਤੀ ਨਵਨੀਤ ਜੀ ਇੱਥੇ ਸਾਰੇ ਪੈਨਲਿਸਟ ਬੈਠੇ ਹੈ ਸਭ ਨੂੰ ਪੁੱਛ ਕੇ ਦੇਖ ਲਓ ਕਦੀ ਨਾ ਕਦੀ ਕਿਸੇ ਨੇ ਜ਼ਰੂਰ ਪੀਤੀ ਹੋਊਗੀ ਜਾਂ ਕੋਈ ਨਾ ਕੋਈ ਮਾੜੀ ਮੋਟੀ ਘਰੇ ਜਾਂ ਕਦੀ ਓਕੇਜ਼ਨਲੀ ਜ਼ਰੂਰ ਪੀਂਦਾ ਹੋਏਗਾ ਕੀ ਉਹ ਗੁਨਾਹ ਹੈ ਤੁਸੀਂ ਗੁਨਾਹ ਉਹ ਹੈ ਜਿਹੜੇ ਮੰਚ ਤੇ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਲੋਕ ਸਾਹਮਣੇ ਬੈਠੇ ਸੀ ਔਰ ਉਹ ਸਮਝਣਾ ਚਾਹ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਉਚੇਚੇ ਤੌਰ ਤੇ ਟ੍ਰੇਨ ਤੇ ਆਏ ਨੇ ਸ਼ਾਇਦ ਪੰਜਾਬ ਦੀ ਗੱਲ ਕਰਨਗੇ ਪਰ ਸਭ ਤੋਂ ਪਹਿਲੀ ਗੱਲ ਉੱਥੇ ਕੀ ਹੁੰਦੀ ਹੈ ਕਿ ਜੀ ਮੈਨੂੰ ਬੜਾ ਅੱਛਾ ਲੱਗਿਆ ਕਿ ਅੱਜ ਇੱਕ ਬੜਾ ਵੱਡਾ ਤਿਆਗ ਬਲੀਦਾਨ ਭਗਵੰਤ ਮਾਨ ਨੇ ਦਿੱਤਾ ਲੋਕ ਉਹ ਸੁਣਨ ਨਹੀਂ ਆਏ ਸੀ
ਨਵਨੀਤ ਜੀ, ਹਾਂਜੀ ਹੁਣ ਤੁਸੀਂ ਨਵਨੀਤ ਜੀ, ਭਗਵੰਤ ਮਾਨ ਜੀ ਤੇ ਹੋਰ ਕੋਈ ਐਲੀਗੇਸ਼ਨ ਕੋਈ ਪੋਲੀਟੀਕਲ ਪਾਰਟੀ ਨਹੀਂ ਲਾ ਸਕਦੀ। ਇੱਕੋ ਇਸ਼ੂ ਨੂੰ ਲੈ ਕੇ ਪੋਲੀਟੀਕਲ ਪਾਰਟੀਆਂ ਰੌਲਾ ਪਾਉਂਦੀਆਂ ਸੀਗੀਆਂ, ਉਹਨਾਂ ਨੇ ਆਪਣਾ ਉਹ ਇਸ਼ੂ ਕਲੀਅਰ ਕੀਤਾ। ਮੈਂ ਹੁਣ ਅੱਗੇ ਚੱਲਦਾ, ਮੇਰੇ ਵੀਰ ਨੇ ਬੀਜੇਪੀ ਤੋਂ ਕੰਗ ਸਾਹਿਬ ਨੇ ਗੱਲ ਕੀਤੀ ਐਸ ਵਾਈ ਐਲ ਤੇ ਕੀ ਸਟੈਂਡ ਹੈ। ਕੰਗ ਸਾਹਿਬ ਤੁਸੀਂ ਭੁੱਲ ਗਏ ਹੋ, ਸੈਂਟਰ ਗਵਰਨਮੈਂਟ ਨੇ ਐਫੀਡੈਵਿਟ ਦਿੱਤਾ ਹੋਇਆ ਵੀ ਪੰਜਾਬ ਦਾ ਪਾਣੀ ਨਹੀਂ ਰੁਕੇਗਾ। ਐਸ ਵਾਈ ਐਲ ਤੇ ਸੁਪਰੀਮ ਕੋਰਟ ਚ ਬੀਜੇਪੀ ਦਾ ਐਫੀਡੈਵਿਟ ਹੈ ਉਹ, ਸੈਂਟਰ ਗਵਰਨਮੈਂਟ ਦਾ। ਸ਼ਾਇਦ ਤੁਸੀਂ ਉਹ ਭੁੱਲ ਗਏ ਹੋ, ਸ਼ਾਇਦ ਤੁਸੀਂ ਇਹ ਵੀ ਭੁੱਲ ਗਏ ਹੋ ਕਿ ਐਸ ਵਾਈ ਐਲ ਦੀ ਨੋਟੀਫਿਕੇਸ਼ਨ ਅਕਾਲੀ ਦਲ ਬੀਜੇਪੀ ਦੇ ਗਠਜੋੜ ਨੇ ਹੀ ਇਸ਼ੂ ਕੀਤੀ ਸੀਗੀ, ਪਰ ਕਾਂਗਰਸ ਨੇ ਕਹੀ ਨਹੀਂ ਕਿ ਮਟਵਾਈ ਸੀਗੀ। ਮੈਂ ਮੁੱਦਿਆਂ ਤੇ ਨਹੀਂ ਜਾ ਰਿਹਾ, ਮੈਂ ਮੁੱਦਿਆਂ ਤੇ ਨਹੀਂ ਜਾ ਰਿਹਾ। ਵਾਲੀਆ ਸਾਹਿਬ, ਮਾਫੀ ਨਾਲ, ਨਾ ਤਾਂ ਐਸ ਵਾਈ ਐਲ ਕੇਜਰੀਵਾਲ ਦੀ ਹਰਿਆਣੇ ਨੂੰ ਦੇ ਸਕਦੇ। ਵਾਲੀਆ ਸਾਹਿਬ, ਮੈਂ ਮਸਲਿਆਂ ਤੇ ਨਹੀਂ ਜਾ ਰਿਹਾ। ਫਿਰ ਤੁਸੀਂ ਮੁੱਦਾ ਬਣਾਇਆ ਹੋਇਆ, ਉਹ ਆਨਰੇਬਲ ਸੁਪਰੀਮ ਕੋਰਟ ਚ ਪੈਂਡਿੰਗ ਹੈ। ਮੈਂ ਕੰਪਲੀਟ ਕਰ ਰਿਹਾ, ਉਹ ਆਨਰੇਬਲ ਸੁਪਰੀਮ ਕੋਰਟ ਚ ਪੈਂਡਿੰਗ ਹੈ। ਤੁਸੀਂ ਵੀ ਵਕੀਲ ਹੋ, ਸਵੈਦ ਸਾਹਿਬ ਵੀ ਵਕੀਲ ਹੈ, ਧਾਰਨੀ ਸਾਹਿਬ ਵੀ ਵਕੀਲ ਹੈ। ਪੋਲੀਟੀਕਲੀ ਛੱਡ ਕੇ ਤੁਸੀਂ ਲੀਗਲੀ ਦੱਸੋ ਕਿ ਜਿਹੜਾ ਮੈਟਰ ਸੁਪਰੀਮ ਕੋਰਟ ਦੇ ਪੈਂਡਿੰਗ ਹੈ, ਦੱਸੋ। ਚਲੋ ਠੀਕ ਹੈ, ਤੱਕਾ ਕਰ ਸਕਦੇ ਹੋ ਤੁਸੀਂ? ਤੁਸੀਂ ਤੁਸੀਂ ਗੱਲ ਦੱਸੋ, ਧਾਰਨੀ ਸਾਹਿਬ ਵੀ ਕੁਝ ਕਹਿਣਾ ਚਾਹ ਰਹੇ ਨੇ, ਸਵੈਦ ਸਾਹਿਬ ਵੀ ਕੁਝ ਕਹਿਣਾ ਚਾਹ ਰਹੇ ਨੇ, ਮੈਂ ਉਹਨਾਂ ਕੋਲ ਆਵਾਂਗਾ। ਲੇਕਿਨ ਇਹ ਦੱਸੋ, ਇਨਾਮ ਮਿਲਿਆ ਜਾਂ ਨਹੀਂ ਮਿਲਿਆ? ਹੋਰ ਗੱਲ ਕਰਦਾ, ਇਨਾਮ ਹੈ ਜਾਂ ਨਹੀਂ ਹੈ ਤੁਸੀਂ ਇਹ ਦੱਸ ਦਿਓ। ਨਵਨੀਤ ਜੀ, ਮੈਂ ਆਪਣੀ ਗੱਲ ਕੰਪਲੀਟ ਕਰ ਲੈਣਾ। ਇਨਾਮ ਕਿਸ ਚੀਜ਼ ਦਾ? ਕੀ ਇਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਜਿਹੜੇ ਦੋ ਵਾਰੀ ਆਪਣੀ ਸਟੇਜ ਤੇ ਕਹਿ ਚੁੱਕੇ ਹੈ ਕਿ ਜੀ ਮੇਰੇ ਪਿਤਾ ਸਮਾਨ ਬਾਦਲ ਜੀ, ਠੀਕ ਹੈ, ਕਿ ਉਹਨਾਂ ਨੂੰ ਹੁਣ ਤੱਕ ਪ੍ਰਧਾਨ ਕਿਤੇ ਨਹੀਂ ਹਟਾਇਆ ਜਾ ਰਿਹਾ, ਕਿ ਉਹਨਾਂ ਨੂੰ ਇਨਾਮ ਦਿੱਤਾ ਜਾ ਰਿਹਾ? ਅੱਧਾ ਅਕਾਲੀ ਦਲ ਬਾਗੀ ਹੋ ਗਿਆ ਇਸ ਚੀਜ਼ ਨੂੰ ਲੈ ਕੇ ਕਿ ਸਾਨੂੰ ਇਹ ਪੰਜਾਬ ਪ੍ਰਧਾਨ ਮਨਜ਼ੂਰ ਨਹੀਂ ਹੈ, ਕਿ ਉਹਨਾਂ ਨੂੰ ਨਹੀਂ ਹਟਾਇਆ ਜਾ ਰਿਹਾ, ਕਿ ਇਨਾਮ ਦਿੱਤਾ ਜਾ ਰਿਹਾ? ਡੋਪ ਟੈਸਟ ਤੋਂ ਸਭ ਤੋਂ ਪਹਿਲਾਂ ਅਕਾਲੀ ਦਲ ਭੱਜੀ ਜੇ ਅਸੀਂ ਨਹੀਂ ਕਰਾਉਣਾ, ਜੇ ਸਾਰਾ ਪੰਜਾਬ ਕਰਾ ਲੇ, ਕੀ ਇਹ ਇਨਾਮ ਦਿੱਤਾ ਜਾ ਰਿਹਾ ਉਹਨਾਂ ਨੂੰ? ਸੋ ਇਸ ਕਰਕੇ ਮੇਰੇ ਹਿਸਾਬ ਨਾਲ ਇਹਨਾਂ ਦਾ ਇਸ ਮੈਟਰ ਤੇ ਗੱਲ ਕਰਨਾ ਠੀਕ ਨਹੀਂ ਲੱਗਦਾ। ਇਹ ਸਭ ਤੋਂ ਪਹਿਲਾਂ ਡੋਪ ਟੈਸਟ ਤੋਂ ਭੱਜਣ ਵਾਲੀ ਅਕਾਲੀ ਦਲ ਸੀਗੀ। ਅੱਛਾ, ਤੁਸੀਂ ਕਿਹੜੇ ਮਸਲਿਆਂ ਤੇ ਜਾ ਰਹੇ ਹੋ? ਤੁਸੀਂ ਕਦੇ ਐਸ ਵਾਈ ਐਲ ਤੇ ਆ ਰਹੇ ਹੋ, ਕਦੇ ਡੋਪ ਟੈਸਟ ਤੇ ਜਾ ਰਹੇ ਹੋ? ਹੁਣ ਮੈਂ ਗੱਲ ਕਰ ਰਿਹਾ ਭਗਵੰਤ ਮਾਨ ਦੀ, ਅੱਜ ਕੱਲ ਭਗਵੰਤ ਮਾਨ ਦੀ ਹੋ ਰਹੀ ਹੈ, ਤੁਸੀਂ ਡਾਈਵਰਟ ਕਰ ਰਹੇ ਹੋ। ਐਸ ਵਾਈ ਐਲ ਮੈਨੂੰ ਸਿਰਫ ਇਹਨਾਂ ਦੱਸੋ, ਵਾਲੀਆ ਸਾਹਿਬ ਤੁਸੀਂ ਫਿਰ ਨਸ਼ੇ ਦੀ ਗੱਲ ਕਰਦੇ ਹੋ, ਤੁਸੀਂ ਕਿਹਾ ਗੱਲ ਕਰਦੇ ਹੋ ਵਾਲੀਆ ਸਾਹਿਬ ਤੁਸੀਂ ਕਿਹਾ ਕਿ ਸਭ ਤੋਂ ਜ਼ਿਆਦਾ ਜਿਹੜੀ ਬਦਨਾਮੀ ਕਰਦੇ ਸੀ ਲੋਕ ਜਾਂ ਗੱਲਾਂ ਕਰਦੇ ਸੀ ਉਸ ਮਸਲੇ ਨੂੰ ਲੈ ਕੇ ਕਰਦੇ ਸੀ, ਉਹਨਾਂ ਨੇ ਕਲੀਅਰ ਕਰਤਾ। ਪਰ ਮੇਰਾ ਸਵਾਲ ਹੈ ਕਿ ਉਹ ਥਾਂ ਕੀ, ਉਹ ਮੰਚ ਕੀ, ਉਹ ਸਮਾਂ ਉਹਦੇ ਲਈ ਠੀਕ ਸੀ? ਨਵਨੀਤ ਜੀ, ਦੇਖੋ ਕੋਈ ਵੀ ਪੋਲੀਟੀਕਲ ਲੀਡਰ ਹੈ ਜਾਂ ਕੋਈ ਵੀ ਵੱਡੀ ਸ਼ਖਸੀਅਤ ਹੈ ਤਾਂ ਹਮੇਸ਼ਾ ਪਬਲਿਕ ਡੋਮੇਨ ਚ ਇਹਨੂੰ ਬਦਨਾਮ ਕੀਤਾ ਜਾਂਦਾ, ਤੇ ਪਬਲਿਕ ਡੋਮੇਨ ਚ ਹੀ ਇਹਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ, ਠੀਕ ਹੈ, ਤਾਂ ਕਿ ਐਟਲੀਸਟ ਇੱਕ ਮੈਸੇਜ ਆਵੇ ਕਿ ਭਾਈ ਅੱਜ ਤੋਂ ਬਾਅਦ ਕੋਈ ਵੀ ਮੇਰੇ ਤੇ ਕੋਈ ਇਦਾਂ ਦਾ ਐਲੀਗੇਸ਼ਨ ਲਾਉਂਦਾ, ਕਿਉਂਕਿ ਮੈਂ ਫੇਰ ਦੁਬਾਰਾ ਕਹਿ ਰਿਹਾ ਭਗਵੰਤ ਮਾਨ ਜੀ ਨੇ ਨਾ ਕਰਪਸ਼ਨ ਦਾ ਨਾ ਕਿਸੇ ਹੋਰ ਚੀਜ਼ ਦਾ ਕੋਈ ਐਲੀਗੇਸ਼ਨ ਨਹੀਂ ਲਾ ਸਕਦੇ, ਠੀਕ ਹੈ, ਸਿਰਫ ਇੱਕੋ ਚੀਜ਼ ਨੂੰ ਲੈ ਕੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ, ਉਹ ਉਹਨਾਂ ਨੇ ਆਪਣਾ ਕਲੀਅਰ ਕਰਤੇ ਆ। ਠੀਕ ਹੈ, ਧਾਰਨੀ ਸਾਹਿਬ ਜਵਾਬ ਦਿਓ। ਠੀਕ ਹੈ, ਧਾਰਨੀ ਸਾਹਿਬ ਦੇਖੋ, ਸਤਵੀਰ ਵਾਲੀਆ ਜੀ ਵਾਕਈ ਭਗਤ ਹੈਗੇ ਆ ਜੀ ਆਪਣੇ ਆਮ ਆਦਮੀ ਪਾਰਟੀ ਦੇ, ਔਰ ਉਹ ਬੜੇ ਤਰੀਕੇ ਦੇ ਭਗਤ ਤਾਂ ਮੋਦੀ ਕੋਲ ਹੈ ਜੀ, ਸਾਡੇ ਆਮ ਆਦਮੀ ਪਾਰਟੀ ਨਹੀਂ ਹੁੰਦੇ। ਅੱਛਾ, ਚਲੋ ਕੋਈ ਨਹੀਂ, ਕਦੇ ਤਾਂ ਇਹ ਸੁਖਬੀਰ ਬਾਦਲ ਦਾ ਡੋਪ ਟੈਸਟ, ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰੀ ਸੀ ਵੀ ਸਾਨੂੰ ਸੰਜੀਦਾ ਬਹਿਸ ਕਰਨੀ ਚਾਹੀਦੀ ਹੈ ਹਮੇਸ਼ਾ। ਦੇਖੋ ਇਹ ਸਾਡੇ ਕੰਮ ਨਹੀਂ ਹੈਗੇ ਕਿਹਦਾ ਡੋਪ ਟੈਸਟ ਕਰਨਾ ਕਿਹਦਾ ਨਾ ਕਰਨਾ। ਅਸੀਂ ਕਦੇ ਦੇਖੋ ਇਹ ਲੋਕ ਇਹਨਾਂ ਦੀਆਂ, ਇਹ ਪਹਿਲਾਂ ਲੋਕਾਂ ਦੀਆਂ ਵੀਡੀਓ ਵਾਇਰਲ ਕਰਦੇ ਸੀ, ਮੁੜ ਕੇ ਲੋਕਾਂ ਨੇ ਇਹਨਾਂ ਦੀਆਂ ਕਰਨੀਆਂ ਸ਼ੁਰੂ ਕਰਤੀਆਂ, ਔਰ ਉਸ ਦੀ ਸਫਾਈ ਦੇਣ ਵਾਸਤੇ ਕਦੇ ਕਿਸੇ ਕਾਂਗਰਸ ਨੇ, ਬੀਜੇਪੀ ਨੇ ਜਾਂ ਅਕਾਲੀ ਦਲ ਨੇ ਇਹ ਨਹੀਂ ਕਿਹਾ ਹੈਗਾ ਵੀ ਇਹ ਜਿਹੜਾ ਹੈਗਾ ਦਾਰੂ ਛੱਡੇ ਜਾਂ ਨਾ ਛੱਡੇ। ਇਹਦੀ ਪਰਸਨਲ ਲਾਈਫ ਹੈਗੀ ਆ, ਉਹਨਾਂ ਦੀ ਫੈਮਿਲੀ ਲਾਈਫ ਹੈਗੀ ਆ ਜਿਹੜੀ, ਉਹਦੇ ਬਾਰੇ ਵੀ ਕਦੇ ਕਿਸੇ ਨੇ ਦਖਲ ਨਹੀਂ ਦਿੱਤਾ ਹੈਗਾ ਵੀ ਉਹ ਆਪਣੀ ਫੈਮਿਲੀ ਲਾਈਫ ਨੂੰ ਸਵਾਰੇ ਜਾਂ ਨਾ ਸਵਾਰੇ। ਅੱਜ ਬਰਨਾਲਾ ਦੇ ਵਿੱਚ ਜਦੋਂ ਉਹਨਾਂ ਨੇ ਜਿਹੜਾ ਹੈਗਾ ਸੀ ਉਹ ਇੱਕ ਫੰਕਸ਼ਨ ਰੱਖਿਆ ਜਿੱਥੇ ਲੱਖਾਂ ਦੇ ਵਿੱਚ, ਹਜ਼ਾਰਾਂ ਦੇ ਵਿੱਚ ਲੋਕ ਗਏ, ਸੱਚ ਬੋਲ ਕੇ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਹਜ਼ਾਰਾਂ ਦੇ ਵਿੱਚ ਲੋਕ ਗਏ, ਥੈਂਕ ਯੂ ਸਰ, ਉੱਥੇ ਹਜ਼ਾਰਾਂ ਦੇ ਵਿੱਚ ਖੜ ਕੇ ਉਹ ਕੀ ਕਹਿ ਰਹੇ ਆ, ਲਓ ਜੀ ਆਹ ਮੇਰੀ ਮਾਤਾ ਆ ਗਈ ਸਾਹਮਣੇ ਖੜਾ ਲਈ ਤੇ ਮੈਂ ਅੱਜ ਤੋਂ ਸ਼ਰਾਬ ਛੱਡਤੀ, ਮੈਂ ਆਪਣੀ ਮਾਂ ਦੀ ਸਹੁੰ ਖਾ ਲਈ। ਇਹ ਤੋਂ ਬਿਨਾਂ ਬਰਨਾਲਾ ਰੈਲੀ ਦੇ ਵਿੱਚ ਲੋਕਾਂ ਨੂੰ ਇੱਕ ਵੀ ਜਿਹੜੀ ਸੇਧ ਹੈਗੀ ਹੈ ਇਹਨਾਂ ਦਾ ਅਗਲਾ ਜਿਹੜਾ ਸਟੈਪ ਕੀ ਹੈਗਾ ਉਹਦੇ ਬਾਰੇ ਕੋਈ ਗੱਲ ਕਰੀ ਹੋਵੇ। ਔਰ ਅਗਲੀ ਗੱਲ, ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਹੋਈ? ਇੱਕ ਮਿੰਟ, ਪੰਜਾਬ ਦੇ ਮੁੱਦੇ ਦੀ ਉੱਥੇ ਗੱਲ ਨਹੀਂ ਹੋਈ? ਇੱਕ ਮਿੰਟ ਠਹਿਰੋ ਤਾਂ ਸਹੀ ਹੁਣ, ਅਗਲੀ ਗੱਲ ਉਹ ਤੇ ਬਾਅਦ ਕੇਜਰੀਵਾਲ ਜੀ ਕੀ ਬੋਲ ਰਹੇ ਆ, ਇਹਨਾਂ ਨੇ ਬਹੁਤ ਬੜਾ ਬਲੀਦਾਨ ਦਿੱਤਾ ਜੀ, ਮੈਨੂੰ ਕਹਿੰਦੇ ਸ਼ਰਮ ਆ ਰਹੀ ਹੈ
ਵੀ ਬਲੀਦਾਨ ਸ਼ਬਦ ਕਾਹਦੇ ਲਈ ਵਰਤਿਆ ਜਾਂਦਾ ਹੈ, ਬਲੀਦਾਨ ਕਿਹਨੇ ਦਿੱਤਾ ਸੀ, ਸ਼ਾਇਦ ਭੁੱਲੇ ਵੀ ਨਹੀਂ ਹੈ, ਸਤਵੀਰ ਵਾਲੀਆ ਜੀ ਉਸੇ ਧਰਮ ਨੂੰ ਬਿਲੋਂਗ ਕਰਦੇ ਆ, ਬਲੀਦਾਨ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਬੱਚਿਆਂ ਦਾ, ਨਾ ਕਿ ਸ਼ਰਾਬ ਛੱਡਣ ਦਾ ਬਲੀਦਾਨ ਹੁੰਦਾ ਹੈ। ਅਹੀਆਂ ਜਿਹੀਆਂ ਗੱਲਾਂ ਕਰਦੇ ਤੁਸੀਂ ਸਟੇਜਾਂ ਦੇ ਉੱਪਰ ਚੜ੍ਹ ਕੇ ਚੰਗੇ ਨਹੀਂ ਲੱਗਦੇ। ਦੂਜੀ ਗੱਲ ਡੋਪ ਟੈਸਟਾਂ ਵਾਲੀ ਗੱਲ ਕਰਦੇ ਆ, ਗੱਲ ਕੀ ਕਰ ਰਹੇ ਆ, ਮਾਨ ਸਾਹਿਬ ਦੀ ਗੱਲ ਹੋ ਰਹੀ ਹੈ, ਫਲਾਣੇ ਦਾ ਡੋਪ ਟੈਸਟ ਡੋਪ ਟੈਸਟ, ਠੀਕ ਹੈ, ਮੈਂ ਇੱਕ ਚੀਜ਼ ਹੋਰ ਸਮਝਣੀ ਚਾਹਾਂਗਾ, ਆਪਣੀ ਪਰਸਨਲ ਪ੍ਰਾਈਵੇਟ ਲਾਈਫ ਹੈ ਔਰ ਲੋਕਾਂ ਲਈ ਲਾਈਫ ਹੈਗੀ ਆ, ਇਹਨਾਂ ਦੀ ਨਾ ਕੋਈ ਪਰਸਨਲ ਲਾਈਫ ਹੈ ਨਾ ਕੋਈ ਪ੍ਰਾਈਵੇਟ ਲਾਈਫ ਹੈ। ਅੱਗੇ ਚੱਲਿਆ ਸਵੈਤ ਸਾਹਿਬ, ਅੱਜ ਮਾਨ ਸਾਹਿਬ ਕਹਿ ਰਹੇ ਸੀ ਸਰਕਾਰ ਸੁੱਤੀ ਪਈ ਹੈ ਮਹਿਲਾਂ 'ਚ, ਸਰਕਾਰ ਸੀਐਮ ਹਾਊਸ ਤੋਂ ਬਾਹਰ ਹੀ ਨਹੀਂ ਨਿਕਲ ਰਹੀ ਹੈ, ਪੰਜਾਬ 'ਚ ਕੀ ਹੋ ਰਿਹਾ ਕੁਛ ਨਹੀਂ ਪਤਾ, ਲੱਗਦਾ ਕਿ ਇਹ ਸਾਰੇ ਮਸਲੇ ਲੈ ਕੇ ਹੁਣ ਮਾਨ ਸਾਹਿਬ ਜਨਤਾ ਦੇ ਵਿਚਕਾਰ ਜਾਣਗੇ ਕਿ ਸਰਕਾਰ ਸੁੱਤੀ ਪਈ ਔਰ ਸਰਕਾਰ ਕੁਛ ਨਹੀਂ ਕਰ ਰਹੀ ਹੈ, ਔਰ ਪ੍ਰਧਾਨਗੀ ਮਿਲਣ ਤੋਂ ਬਾਅਦ ਇੱਕ ਵੱਡਾ ਬਿਆਨ ਹੈ। ਦੇਖੋ ਪ੍ਰਧਾਨਗੀ ਜਿਹੜੀ ਲੈਣ ਤੋਂ ਬਾਅਦ ਬਿਆਨ ਤਾਂ ਦੇਣਗੇ ਹੀ, ਲੇਕਿਨ ਮੈਂ ਇੱਕ ਇੱਥੇ ਪ੍ਰੋਫੈਸਰ ਸਾਹਿਬ ਨੇ ਜੋ ਆਮ ਆਦਮੀ ਪਾਰਟੀ ਬਾਰੇ ਡੂੰਘੀ ਜਾਣਕਾਰੀ ਰੱਖਦੇ ਨੇ, ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਹੈ ਕਿ ਦਿੱਲੀ ਵਾਲੇ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣਾ ਨਹੀਂ ਸੀ ਚਾਹੁੰਦੇ, ਉਹ ਵੇਟ ਕਰਦੇ ਰਹੇ, ਉਡੀਕ ਕਰਦੇ ਰਹੇ ਕੰਵਰ ਸੰਧੂ ਦੀ ਕਿ ਉਹ ਮੁੜ ਕੇ ਆਉਣਗੇ ਜਾਂ ਉਹਦਾ ਵਰਗੇ ਹੋਰ ਜਿਹੜੇ ਵਧੀਆ ਹੈਗੇ ਨੇ ਉਹਨਾਂ ਦੇ MLA ਵਗੈਰਾ ਤੇ ਪ੍ਰਧਾਨਗੀ ਜਿਹੜੀ ਹੈਗੀ ਪੋਸਟ ਸਾਂਭਣ ਵਾਸਤੇ ਉਹ ਆਉਣਗੇ, ਲੇਕਿਨ ਉਹ ਨਹੀਂ ਆਏ। ਤੇ ਜੇ ਨਹੀਂ ਆਏ ਫਿਰ ਇੱਕ ਪੰਜਾਬੀ ਦੀ ਕਹਾਵਤ ਗਾਣਾ ਹੈ ਛੋਟਾ ਜਿਹਾ, ਇੱਕ ਮੈਂ ਅੱਧੇ ਹੀ ਕਵਾਂਗਾ ਕਿ ਉਹ ਮਰਦੀ ਨੇ ਅੱਕ ਚੱਬਿਆ, ਹੁਣ ਦਿੱਲੀ ਵਾਲਿਆਂ ਨੇ ਅੱਕ ਚੱਬਿਆ ਇਹਨੂੰ ਭਗਵੰਤ ਮਾਨ ਨੂੰ ਬਣਾ ਕੇ, ਤੇ ਉਹ ਆਸ ਕਰਦੇ ਨੇ ਸ਼ਾਇਦ ਉਹ ਜਿਹੜੀਆਂ ਬੁਰੀਆਂ ਆਦਤਾਂ ਵਿੱਚ ਦੁਬਾਰਾ ਨਹੀਂ ਜਾਣਗੇ। ਸੋ ਜਿੱਥੋਂ ਤੱਕ ਉਹਨਾਂ ਦੇ ਹੁਣ ਤੁਸੀਂ ਮੈਂ ਬਿਆਨਾਂ 'ਤੇ ਆ ਜਾਂਦਾ, ਸਾਡੀ ਸਰਕਾਰ ਜੋ ਕਰ ਰਹੀ ਹੈ ਉਹ ਬਿਲਕੁਲ ਸਹੀ ਕਰ ਰਹੀ ਹੈ, ਅਸੀਂ ਪੰਜਾਬ ਦੇ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਉਹਨਾਂ ਬਾਰੇ ਗੱਲ ਕਰ ਰਹੇ ਹਾਂ ਅਤੇ ਉਹਨਾਂ ਦੇ ਕੰਮ ਵੀ ਕਰ ਰਹੇ ਹਾਂ। ਹੁਣ ਨਵੇਂ ਪ੍ਰਧਾਨ ਬਣੇ ਨੇ ਅਤੇ ਉਹਨਾਂ ਨੇ ਬਿਆਨ ਤਾਂ ਦੇਣੇ ਹੀ ਨੇ ਨਾ ਜੀ, ਉਹ ਦੇਣਗੇ ਹਰ ਰੋਜ਼ ਦੇਣਗੇ ਬਿਆਨ, ਨਵੇਂ ਦੇਣਗੇ, ਵੈਲਕਮ ਹੈ, ਅਸੀਂ ਉਹਨਾਂ ਦੇ ਜਵਾਬ ਵੀ ਦੇਵਾਂਗੇ ਅਤੇ ਠੀਕ ਹੈ ਹੁਣ ਜੋ ਅੱਗੇ ਅੱਗੇ ਚੱਲਦਾ ਜਾਏਗਾ ਉਹ ਡੀਲ ਕਰਾਂਗੇ ਉਹਦੇ ਨਾਲ, ਤੇ ਭਗਵੰਤ ਮਾਨ ਨੂੰ ਅਸੀਂ ਸ਼ੁਭਕਾਮਨਾ ਦਿੰਦੇ ਹਾਂ। ਚਲੋ ਠੀਕ ਹੈ, ਮੈਂ ਇੱਕ ਚੀਜ਼ ਹੋਰ ਸਮਝਣੀ ਚਾਹਾਂਗਾ, ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਠੀਕ ਹੈ, ਜੋ ਸਹੀ ਬਣਦੀ ਹੈ ਠੀਕ ਹੈ ਉਹ ਨੁਕਤਾ ਚੀਨੀ ਕਰੋ। ਕੰਗ ਸਾਹਿਬ, ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਖੁੱਲ ਕੇ ਸਾਹਮਣੇ ਆਈ, ਭਾਵੇਂ ਮਨੀਸ਼ ਸਿਸੋਦੀਆ ਹੋਣ ਜਾਂ ਭਗਵੰਤ ਮਾਨ ਹੋਣ, ਉਹਨਾਂ ਨੇ ਕਿਹਾ ਕਿ ਬਈ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸਵਾਮੀਨਾਥਨ ਆਯੋਗ ਦੀਆਂ ਸਿਫਾਰਿਸ਼ਾਂ ਲਾਗੂ ਕਰਤੀਆਂ। ਪਹਿਲਾ ਸਵਾਲ ਤੇ ਹੈ ਜੋ ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗਾ, ਟੈਕਨੀਕਲੀ ਵੀ ਬਾਅਦ 'ਚ ਉਹਨਾਂ ਨੇ ਕਿਹਾ ਕਿ ਪੂਰੀ ਨਹੀਂ ਪਰ ਜੋ ਲਾਭ ਮਿਲਣੇ ਚਾਹੀਦੇ ਨੇ ਉਹ ਦਿੱਲੀ ਦੇ ਕਿਸਾਨਾਂ ਨੂੰ ਮਿਲ ਰਹੇ ਨੇ, ਹਾਲਾਂਕਿ ਇਹ ਸਵਾਲ ਵਾਲੀਆ ਸਾਹਿਬ ਤੋਂ ਜ਼ਿਆਦਾ ਮੁਕੰਮਲ ਹੈ ਪਰ ਚੁੱਕੀ ਕੇਂਦਰ ਦੀ ਤੁਹਾਡੀ ਸਰਕਾਰ ਹੈ। ਮੈਂ ਕਲੀਅਰ ਕਰ ਦਵਾਂ ਨਵੀਨ ਜੀ, ਫਿਰ ਸਵਾਲ ਲੈ ਲਿਓ, ਮੈਂ ਕਲੀਅਰ ਕਰਦਾ, ਕਰ ਦੋ ਹਾਂ। ਹਾਂ ਮੈਂ ਇਹ ਕਹਿ ਰਿਹਾ ਜੋ ਸਵਾਮੀਨਾਥਨ ਰਿਪੋਰਟ ਬੀਜੇਪੀ ਨੇ ਪੂਰੀ ਤਰੀਕੇ ਨਾਲ ਲਾਗੂ ਨਹੀਂ ਕੀਤੀ ਸੀਗੀ ਉਹਦੇ ਵਿੱਚ ਦਾ ਜੋ ਡਿਫਰੈਂਸ ਹੈ ਉਹਨੂੰ ਐਜ ਏ ਬੋਨਸ ਕਿਸਾਨਾਂ ਨੂੰ ਦੇਗੀ ਸਰਕਾਰ। ਹੁਣ ਉਹੀ ਕਨਸੈਪਟ ਸਵਾਲ ਵੱਡਾ ਹੈ, ਰਿਕਮੈਂਡੇਸ਼ਨ ਸਵਾਮੀਨਾਥਨ ਰਿਪੋਰਟ ਵਾਲੀਆ ਸਾਹਿਬ ਆ ਰਿਹਾ ਮੰਨ ਗਿਆ ਤੁਹਾਡੀ ਗੱਲ, ਉਹ ਸਰਕਾਰ ਦੇਗੀ ਜਿਹੜਾ ਪੈਂਡਿੰਗ ਰਹਿ ਜਾਏਗਾ। ਤੁਸੀਂ ਕਰੈਕਟ ਕਰਤਾ, ਠੀਕ ਹੈ ਕਨਸੈਪਟ। ਪਹਿਲਾਂ ਤਾਂ ਕੋਈ ਆਮ ਆਦਮੀ ਪਾਰਟੀ ਨੂੰ ਤੁਸੀਂ ਸਵਾਲ ਪੁੱਛੋ ਤੇ ਜ਼ਿਆਦਾ ਬਿਹਤਰ ਹੈ ਕਿ ਦਿੱਲੀ 'ਚ ਕਿਸਾਨ ਕਿੰਨੇ ਹੈਗੇ, ਕਿ ਉਹ ਕਿਸਾਨਾਂ ਨੂੰ ਲਾਹਾ ਦੇਣ ਦਾ ਢੋਲ ਪੰਜਾਬ 'ਚ ਵਜਾ ਕੇ ਲੱਗਦਾ ਕਿ 2019 ਦੇ ਲਈ ਕਿਸਾਨ ਆਮ ਆਦਮੀ ਪਾਰਟੀ ਦੇ ਨਾਲ ਜਾਣਗੇ। ਬੇਸਿਕਲੀ ਤੇ ਨਵਨੀਤ ਜੀ ਵਾਲੀਆ ਸਾਹਿਬ ਡਿਬੇਟ ਨੂੰ ਦੂਸਰੇ ਰੁੱਖ ਨਾਲ ਲੈ ਗਏ। ਮੈਂ ਜਦੋਂ ਆਪਾਂ ਉਹਨਾਂ ਦੀ ਅਗਵਾਈ ਉਹਨਾਂ ਦੀ ਸ਼ਮਤਾ ਦੀ ਗੱਲ ਕਰ ਰਿਹਾ ਸੀ ਵੀ ਭਗਵੰਤ ਮਾਨ ਸਾਹਿਬ ਅਗਵਾਈ ਦੇ ਸਕਦੇ ਆ ਕਿ ਨਹੀਂ, ਮੈਂ 4-5 ਇਸ਼ੂ ਗਿਣਾਏ ਸੀ ਵੀ ਉਹ ਉਹਨਾਂ ਦੀ ਪਾਰਟੀ ਨਾਲ ਸੰਬੰਧਿਤ ਸੀ, ਉਰ ਤੇ ਹੀ ਭਗਵੰਤ ਮਾਨ ਸਾਹਿਬ ਨੇ ਪਿਛਲੇ 2-3 ਸਾਲਾਂ 'ਚ ਆਪਣਾ ਸਟੈਂਡ ਕਲੀਅਰ ਨਹੀਂ ਕੀਤਾ ਤੇ ਪੰਜਾਬ ਦੇ ਇਸ਼ੂਆਂ ਤੇ ਉਹ ਕੀ ਸਟੈਂਡ ਲੈਣਗੇ ਤੇ ਕੀ ਗੱਲ ਕਰਨਗੇ। ਨੰਬਰ 1 ਜਿੱਥੋਂ ਤੱਕ ਸਵਾਮੀਨਾਥਨ ਦੀ ਗੱਲ ਹੈ ਉਹ ਮਿਸਗਾਈਡ ਕਰਨ ਦੀ ਉਹਨਾਂ ਦੀ ਆਦਤ ਹੈ, ਇਹ ਤਾਂ ਤੁਸੀਂ ਆਪ ਹੀ ਕਲੈਰਿਟੀ ਕਰਤੀ ਵੀ ਦਿੱਲੀ 'ਚ ਹੈ ਹੀ ਕਿਸਾਨ ਕਿੰਨੇ ਕੁ। ਜਿੱਥੋਂ ਤੱਕ ਸਾਡੀ ਸਰਕਾਰ ਦੀ ਗੱਲ ਹੈ ਅਸੀਂ ਕੋਸ਼ਿਸ਼ ਕੀਤੀ ਆ ਸਵਾਮੀਨਾਥਨ ਰਿਪੋਰਟ ਦੀਆਂ ਕੁਛ ਚੀਜ਼ਾਂ ਲਾਗੂ ਕਰਨ ਦੀ, ਹਾਲਾਂਕਿ ਇਹ ਇੱਡਾ ਇਤਨੀ ਇੰਨੀ ਜਲਦੀ ਨਹੀਂ ਹੋ ਸਕਦਾ, ਆਉਣ ਵਾਲੇ ਸਮੇਂ 'ਚ ਇਸ 'ਚ ਹੋਰ ਵੀ ਕੀਤਾ ਜਾਊਗਾ ਵਾਧਾ। ਲੇਕਿਨ ਮੈਂ ਇਹ ਕਹਿੰਦਾ ਫਿਰ ਆਪਾਂ ਪੰਜਾਬ 'ਚ ਬੈਠੇ ਹਾਂ, ਪੰਜਾਬ ਦੀ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਤੇ ਲੋਕਾਂ ਨੇ ਇੰਨਾ ਭਰੋਸਾ ਦਿਖਾਇਆ ਸੀ ਵਾਲੀਆ ਸਾਹਿਬ, ਅੱਜ ਤੁਸੀਂ ਕਿੱਥੇ ਕਿਹੜੇ ਹੋ, ਤੁਸੀਂ ਇਹ ਸਮੀਖਿਆ ਕਿਉਂ ਨਹੀਂ ਕਰ ਰਹੇ, ਕਿਉਂ ਛੋਟੇਪੁਰ ਸਾਹਿਬ ਛੱਡ ਗਏ, ਕਿਉਂ ਘੁੱਗੀ ਸਾਹਿਬ ਛੱਡ ਗਏ, ਕਿਉਂ 8 MLA ਛੱਡ ਗਏ, ਕਿਉਂ ਕੰਵਰ ਸੰਧੂ ਛੱਡ ਗਏ, ਕਿਉਂ 4 MP ਉਹਨਾਂ 'ਚੋਂ 3 ਛੱਡ ਗਏ, ਫਿਰ ਵੀ ਤੁਸੀਂ ਕਹਿ ਰਹੇ ਹੋ
ਵੀ ਅਸੀਂ ਭਗਵੰਤ ਮਾਨ ਸਾਹਿਬ, ਇਹ ਗੱਲ ਬਿਲਕੁਲ ਠੀਕ ਹੈ ਪ੍ਰੋਫੈਸਰ ਸਾਹਿਬ ਦੀ, ਵੀ ਇਹ ਭਗਵੰਤ ਮਾਨ ਸਾਹਿਬ ਉਹਨਾਂ ਕੋਲ ਲਾਸਟ ਤੇ ਪਹਿਲੀ ਆਪਸ਼ਨ ਬਚੀ ਸੀ, ਪਹਿਲੀ ਤੇ ਲਾਸਟ, ਇਸ ਕਰਕੇ ਪਹਿਲਾਂ ਉਹਨਾਂ ਦੀ ਸ਼ਰਾਬ ਛਡਾਉਣ ਲਈ ਇੱਕ ਜਲਸਾ ਬਰਨਾਲੇ 'ਚ ਰੱਖਿਆ ਗਿਆ, ਜਿਹਨੂੰ ਪੰਜਾਬ ਦੇ ਮੁੱਦਿਆਂ ਦਾ ਨਾਂ ਦੇ ਕੇ ਲੋਕਾਂ ਨੂੰ ਸੱਦਿਆ ਗਿਆ, ਲੇਕਿਨ ਸ਼ਰਾਬ ਛਡਵਾ ਕੇ ਫਿਰ ਭਗਵੰਤ ਮਾਨ ਸਾਹਿਬ ਨੂੰ ਜਿਹੜਾ ਇਹ ਤੋਹਫਾ ਜਿਹੜਾ ਜਿਹਨੂੰ ਕਹਿ ਸਕਦੇ ਆਮ ਆਦਮੀ ਪਾਰਟੀ ਨੇ ਦਿੱਤਾ, ਲੇਕਿਨ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸਿਸੋਦੀਆ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹਨਾਂ ਦੇ ਪ੍ਰਤੀ ਵਫਾਦਾਰੀ ਜਿਹੜੀ ਉਹਨਾਂ ਦੀ ਰਹੀ ਹੈ ਸਿਰਫ ਦਿੱਲੀ ਤੱਕ ਸੀਮਿਤ ਰਹੀ ਹੈ, ਉਹ ਪੰਜਾਬ 'ਚ ਨਹੀਂ ਆਈ। ਵਫਾਦਾਰੀ ਦਾ ਹੀ ਨਾਮ ਹੈ, ਮੈਂ ਹੁਣ ਸਿੱਧੇ ਮੁੱਖ ਦੀ ਗੱਲ ਤੇ ਆ ਜਾਂਦਾ, ਉਹ ਵਫਾਦਾਰੀ ਜਿਹੜੀ ਪਿਛਲੇ ਇੱਕ ਸਾਲ 'ਚ ਨਜ਼ਰ ਆਈ ਹੈ ਮਾਫ਼ੀਨਾਮੇ ਤੋਂ ਬਾਅਦ, ਖਹਿਰਾ ਐਪੀਸੋਡ ਤੋਂ ਬਾਅਦ, ਕੀ ਉਹਦਾ ਹੀ ਨਾਮ ਹੈ? ਨਵਨੀਤ ਜੀ ਕਿਹਨੂੰ ਪੁੱਛ ਰਹੇ ਜੀ? ਪ੍ਰੋਫੈਸਰ ਸਾਹਿਬ ਨਵਨੀਤ ਜੀ, ਹਾਂ ਠੀਕ ਹੈ, ਵਫਾਦਾਰੀ ਦੇਖੋ ਕੋਈ ਵੀ ਪਾਰਟੀ ਹੋਵੇ, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਬੜਾ ਇੱਥੇ ਚੱਲਿਆ ਕਿ ਅਮਰਿੰਦਰ ਸਿੰਘ ਬਾਗੀ ਹੋ ਜਾਣਗੇ, ਇੰਝ ਆਪਣੇ ਕਰ ਲੈਣਗੇ, ਫਿਰ ਉਹ ਪਤਾ ਲੱਗਾ ਕਿ ਨਹੀਂ ਨਹੀਂ ਉੱਥੇ ਜਾ ਕੇ ਉਹਨਾਂ ਨੇ ਹਾਜ਼ਰੀ ਦਰਬਾਰ 'ਚ ਦਿੱਲੀ ਭਰ ਲਈ ਅਤੇ ਉਹ ਮੁੜ ਕੇ ਕੰਮ ਉਸੇ ਤਰ੍ਹਾਂ ਚੱਲ ਪਿਆ ਪਿਛਲੀਆਂ ਚੋਣਾਂ ਤੋਂ ਪਹਿਲਾਂ ਸਟੇਟ ਦੀਆਂ। ਇਹ ਤਾਂ ਦੇਖੋ ਦਿੱਲੀ ਵਿੱਚ ਜਿਹੜੀਆਂ ਪਾਰਟੀਆਂ ਬੈਠੀਆਂ ਹੋਈਆਂ, ਭਾਵੇਂ ਛੋਟੀਆਂ ਨੈਸ਼ਨਲ ਪਾਰਟੀਆਂ ਜਾਂ ਵੱਡੀਆਂ ਨੈਸ਼ਨਲ ਪਾਰਟੀਆਂ, ਉਹ ਦਿੱਲੀ ਦੇ ਵਿੱਚ ਤੇ ਮੱਥਾ ਟਿਕਾਉਂਦੀਆਂ ਹੀ ਆ ਸੂਬਿਆਂ ਵਾਲਿਆਂ ਨੂੰ, ਤੇ ਮੈਂ ਤੇ ਇਸ ਗੱਲ ਤੋਂ ਤਾਂ ਹੀ ਪਰਾਂ ਹੋ ਗਿਆ ਵੀ ਦਿੱਲੀ ਵੱਲ ਮੂੰਹ ਨਹੀਂ ਕਰਨਾ, ਬਾਕੀ ਪੰਜਾਬ ਦਾ ਜੇ ਕੁਛ ਹੁੰਦਾ ਤੇ ਕਰੀ ਚੱਲੋ, ਨਹੀਂ ਤੇ ਆਪਣਾ ਘਰ ਬੈਠੋ। ਇਹ ਦਿੱਕਤ ਹੈਗੀ ਆ, ਔਰ ਇਹ ਵਫਾਦਾਰੀ ਦੀ ਜਿਹੜੀ ਤੁਸੀਂ ਗੱਲ ਕਹਿੰਦੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਸਭ ਤੋਂ ਜਿਹੜੀ ਅਹਿਮ ਐਸੈਟ ਆ ਜਾਂ ਸਭ ਤੋਂ ਜਿਹੜੀ ਵੱਡਾ ਟੈਸਟ ਕਿਸੇ ਵੀ ਬੰਦੇ ਦਾ ਜਾਂ ਲੀਡਰ ਦਾ ਹੁੰਦਾ, ਉਹ ਵਫਾਦਾਰੀ ਆ। ਜਦੋਂ ਮਾੜਾ ਜਿਹਾ ਵੀ ਵਫਾਦਾਰੀ ਕਿਤੇ ਤਿੜਕ ਜਾਏ, ਉਦੋਂ ਫਿਰ ਉਹ ਮੁੜ ਕੇ ਜੋੜ ਤੇ ਲੈਂਦੇ ਆ ਗੂੰਦ ਗਾਂਦ ਲਾ ਕੇ, ਪਰ ਉਹ ਤੇੜ ਦਿਖਦੀ ਰਹਿੰਦੀ ਹੈ। ਔਰ ਇਹ ਮੈਂ ਅੱਜ ਤੁਹਾਡੇ ਚੈਨਲ ਤੇ ਦੱਸ ਰਿਹਾ, ਭਗਵੰਤ ਮਾਨ ਨੂੰ ਬਣਾ ਤਾ, ਉਹਦੀ ਬੱਲੇ ਬੱਲੇ ਵੀ ਕਰ ਦੇਣਗੇ, ਉਹਨੂੰ ਬੜਾ ਸਾਰਾ ਕੁਝ ਚਮਕਾ ਵੀ ਦੇਣਗੇ। ਜੇ ਕੋਈ ਉਹਨਾਂ ਨੂੰ ਕੱਲ ਨੂੰ ਮਾੜਾ ਜਿਹਾ ਕੋਈ ਹੋਰ ਲੱਭ ਗਿਆ, ਇਹਨੂੰ ਕਹਿਣਗੇ ਮਾਫ਼ੀ ਦਿਓ। ਕਿਉਂ? ਕਿਉਂਕਿ ਉਦੋਂ ਇੱਕ ਵੇਲੇ ਉਹਨੇ ਕੇਜਰੀਵਾਲ ਦੇ ਅਸਤੀਫੇ ਨੂੰ ਚੁਣੌਤੀ ਦਿੱਤੀ ਔਰ ਆਪਣਾ ਰੋਸ ਪ੍ਰਗਟ ਕੀਤਾ। ਤੁਹਾਡੇ ਖਿਆਲ ਉਹ ਭੁੱਲ ਜਾਣਗੇ ਦਿੱਲੀ ਵਾਲੇ? ਕਦੀ ਨਹੀਂ ਭੁੱਲਣਗੇ। ਪਰ ਉਹਨਾਂ ਦੀ ਇਸ ਵੇਲੇ ਹਾਲ ਦੀ ਘੜੀ ਮਜਬੂਰੀ ਹੈ, ਕਿਉਂਕਿ ਰਾਜਨੀਤਿਕ ਜਿਹੜੇ ਲੀਡਰ ਹੈਗੇ ਆ, ਇਹ ਜਨਰਲੀ ਮੈਂ ਕਹਿ ਦਿਆਂ ਕਿ ਉਹਨਾਂ ਦੇ ਪਿੱਛੇ ਲੋਕ ਛੇਤੀ ਛੇਤੀ ਲੱਗਦੇ ਨਹੀਂ, ਪੈਸੇ ਪੂਸੇ ਖਰਚ ਕੇ ਬੱਸਾਂ ਭੇਜ ਕੇ ਤੇ ਬੰਦੇ ਇਕੱਠੇ ਕਰ ਲੈਂਦੇ ਆ ਕਿਸੇ ਤਰੀਕੇ ਨਾਲ ਜਾਂ ਹੋਰ ਕਿਸੇ ਕਿਸਮ ਦੇ ਲਾਲਚ ਦੇ ਕੇ। ਪਰ ਉਹਨਾਂ ਦੇ ਆਪਣੇ ਨਾਂ ਤੇ ਵੀ ਅੱਜ ਫਲਾਣੇ ਲੀਡਰ ਵੱਡੇ ਨੇ ਆਉਣਾ ਬੋਲਣ ਲਈ, ਚੱਲੋ ਉਹ ਕਹਿੰਦੇ ਪਹਿਲਾਂ ਬੱਸ ਪਿੰਡ ਦੇ ਬਾਹਰ ਖੜੀ ਕਰੋ ਤੇ ਨਾਲੇ ਮੈਨੂੰ ਫਿਰ ਬਾਅਦ ਚ ਕੀ ਮਿਲੂਗਾ। ਮਾਨੂੰ ਇਨਾਮ ਮਿਲਿਆ, ਇਹ ਤੇ ਕੁਛ ਹੱਦ ਤੱਕ ਸਾਫ਼ ਹੋ ਰਿਹਾ, ਹਾਲਾਂਕਿ ਵਾਲੀਆ ਸਾਹਿਬ ਨੇ ਵੀ ਕਹਿਤਾ ਕਿ ਇਨਾਮ ਤੁਸੀਂ ਕਹਿ ਲਓ, ਪਰ ਉਹ ਉਹਨਾਂ ਦੀ ਕਾਬਲੀਅਤ ਹੈ। ਪਰ ਸਵਾਲ ਵੱਡਾ ਹੈ ਕਿ ਇਹ ਇਨਾਮ ਕਿੰਨੇ ਦਿਨ ਤੱਕ ਟਿਕੇਗਾ, ਇਹ ਇਨਾਮ ਕੀ ਕੁਛ ਦੇਗਾ, ਔਰ ਸਭ ਤੋਂ ਵੱਡੀ ਗੱਲ, ਇਹ ਇਨਾਮ 2019 ਕੀ ਗੁਲ ਖਿਲਾਏਗਾ, ਇਹ ਵੇਖਣ ਵਾਲੀ ਗੱਲ ਵੀ। ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।